ਹੈਲੋ ਹੈਲੋ ਹਾਂਜੀ ਸਟੂਡੈਂਟਸ ਵੈਰੀ ਗੁੱਡ ਮਾਰਨਿੰਗ ਰਾਜੇ ਜੋ ਜੋ ਕਲਾਸ ਪਹੁੰਚ ਨੇ ਸਾਰਿਆਂ ਦਾ ਵੈਰੀ ਗੁੱਡ ਮਾਰਨਿੰਗ ਸੈਸ਼ਨ ਨੂੰ ਸ਼ੇਅਰ ਕਰ ਦਿਓ ਰਾਜੇ ਸੈਸ਼ਨ ਨੂੰ ਜਿੰਨਾ ਸੈਸ਼ਨ ਨੂੰ ਸ਼ੇਅਰ ਕਰ ਸਕਦੇ ਹੋ ਸੈਸ਼ਨ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆਪਾਂ ਸਟਾਰਟ ਕਰਦੇ ਹਾਂ ਅੱਜ ਦੇ ਆਪਣੇ ਕਰੰਟ ਅਫੇਅਰਸ ਹਾਂਜੀ ਤਾਂ ਫਰਸਟ ਕੁਐਸਚਨ ਨਾਲ ਸਟਾਰਟ ਕਰਦੇ ਆ ਅੱਜ ਦੇ ਆਪਣੇ ਕਰੰਟ ਅਫੇਅਰ ਠੀਕ ਹੈ ਤਾਂ ਇਹ ਕਰੰਟ ਅਫੇਅਰ ਹੋਣਗੇ 9 ਤੋਂ 12 ਤਰੀਕ ਤੱਕ ਦੇ ਕਾਫੀ ਇੰਪੋਰਟੈਂਟ ਕਰੰਟ ਅਫੇਅਰ ਲੈ ਕੇ ਆਏ ਆ ਠੀਕ ਹੈ ਜੀ ਜੋ ਸਪੈਸ਼ਲੀ ਪੰਜਾਬ ਜੋਬਸ ਵਿੱਚ ਆਉਣ ਦੇ ਚਾਂਸ ਨੇ 9 ਤੋਂ 12 ਤਰੀਕ ਤੱਕ ਦੇ ਜਿੰਨੇ ਵੀ ਕਰੰਟ ਅਫੇਅਰਸ ਬੰਦੇ ਸੀ ਉਹ ਸਾਰੇ ਅੱਜ ਆਪਾਂ ਕਰਾਂਗੇ ਠੀਕ ਹੈ ਜੀ ਚਲੋ ਸਟਾਰਟ ਕਰਦੇ ਆ ਪਹਿਲੇ ਕਰੰਟ ਅਫੇਅਰ ਤੋਂ ਫਰਸਟ ਕਰੰਟ ਅਫੇਅਰ ਹੈਗਾ ਆਪਣੇ ਜੋ ਹਿਮਾਚਲ ਪ੍ਰਦੇਸ਼ ਦੇ ਫਾਰਮਰ ਚੀਫ ਮਨਿਸਟਰ ਸੀਗੇ ਵੀਰ ਪ੍ਰਦਰ ਸਿੰਘ ਨਾ ਵੀਰ ਪ੍ਰਦਰ ਸਿੰਘ ਦੇ ਬਾਰੇ ਕੁਐਸਚਨ ਹੈ ਤਾਂ ਇਹਦੇ ਵਿੱਚ ਆਨਸਰ ਤਾਂ ਤੁਹਾਡੇ ਸਾਹਮਣੇ ਹੀ ਹੈ ਹਿਮਾਚਲ ਪ੍ਰਦੇਸ਼ ਦੇ ਸੀਐਮ ਸੀਗੇ ਜਿਨ੍ਹਾਂ ਦੀ ਡੈਥ ਹੋ ਗਈ ਵੀਰ ਪ੍ਰਦਰ ਸਿੰਘ ਜੀ ਦੀ ਤਾਂ ਕੁਝ ਚੀਜ਼ਾਂ ਮੈਂ ਤੁਹਾਨੂੰ ਤੋਂ ਪੁੱਛਾਂਗਾ ਫਰਸਟ ਟਾਈਮ ਤਾਂ ਤੁਸੀਂ ਮੈਨੂੰ ਦੱਸ ਦਿਓ ਅ ਫਰਸਟ ਟਾਈ ਫਰਸਟ ਤੁਸੀਂ ਇਹ ਮੈਨੂੰ ਦੱਸ ਦੋ ਰਾਜੇ ਅ ਇਹਦੇ ਵਿੱਚ ਕੀ ਹੈਗਾ ਇਹਦੇ ਵਿੱਚ ਕਿੰਨੇ ਟਾਈਮ ਉਹ ਐਮ ਐਲ ਏ ਕਿੰਨੇ ਟਾਈਮ ਬਣੇ ਸੀ ਕਿੰਨੇ ਟਾਈਮ ਉਹ ਐਮ ਐਲ ਏ ਬਣੇ ਸੀਗੇ ਦੱਸ ਸਦਾ ਬੱਚਾ ਕਿੰਨੇ ਟਾਈਮ ਉਹ ਐਮ ਐਲ ਏ ਕਿੰਨੇ ਕਿੰਨੇ ਵਾਰੀ ਐਮ ਐਲ ਏ ਬਣੇ ਸੀ ਐਮ ਐਲ ਏ ਕਿੰਨੇ ਵਾਰੀ ਬਣੇ ਸੀ ਐਮ ਪੀ ਕਿੰਨੇ ਵਾਰੀ ਬਣੇ ਸੀ ਠੀਕ ਹੈ ਜੀ ਤੇ ਕਿਹੜੀ ਸੀਟ ਤੋਂ ਉਹ ਜਿੱਤੇ ਹੋਏ ਸੀ ਤੇ ਉਹ ਉਹ ਕੀ ਹੈ ਮਤਲਬੀ ਐਮ ਐਲ ਏ ਪ੍ਰੈਜ਼ੈਂਟ ਐਮ ਐਲ ਏ ਕਿਹੜੀ ਸੀਟ ਤੋਂ ਸੀ ਪ੍ਰੈਜ਼ੈਂਟ ਐਮ ਐਲ ਏ ਹਿਮਾਚਲ ਪ੍ਰਦੇਸ਼ ਦੇ ਕਿਹੜੀ ਸੀਟ ਤੋਂ ਸੀ ਰਾਜੇ ਠੀਕ ਹੈ ਜੀ ਇਹਦਾ ਕੁਐਸਚਨ ਤਾਂ ਹਿਮਾਚਲ ਪ੍ਰਦੇਸ਼ ਹੀ ਆਵੇਗਾ ਇਸ ਕੁਐਸਚਨ ਦਾ ਕੁਐਸਚਨ ਦਾ ਅਨਸਰ ਤਾਂ ਤਾਂ 86 87 ইয়ার্স ਦੇ ਸੀ ਠੀਕ ਰਾਜੇ 87 ইয়ার্স ਦੇ ਸੀ এন্ড 9 টাইম 9 টাইম ਉਹ ਕੀ ਬਣੇ ਨੇ ਐਮ ਐਲ ਏ ਬਣੇ ਨੇ yaad rakha de 9 টাইম ਐਮ ਐਲ ਏ ਬਣੇ ਨੇ ਤੇ 5 ਵਾਰੀ ਐਮ ਪੀ ਬਣੇ ਨੇ 5 ਵਾਰੀ ਐਮ ਪੀ ਬਣੇ ਨੇ ਤੇ 9 টাইম ਉਹ ਐਮ ਐਲ ਏ ਬਣੇ ਨੇ ਠੀਕ ਰਾਜੇ ਐਂਡ ਆਰਕੀ ਆਰਕੀ ਕੰਸਟੀਟਿਊ ਆਰਕੀ ਕੰਸਟੀਟਿਊ ਚੇਗੀ ਸੋਲਨ ਸੋਲਨ ਡਿਸਟ੍ਰਿਕਟ ਦੇ ਵਿੱਚ ਨਾ ਸੋਲਨ ਡਿਸਟ੍ਰਿਕਟ ਵਿੱਚ ਏ ਆਰ ਕੇ ਆਈ ਆਰਕੀ ਇੱਕ ਜਗ੍ਹਾ ਹੈਗੀ ਹੈ ਉਹ ਕੰਸਟੀਟਿਊਸੀ ਹੈਗੀ ਹੈ ਉੱਥੋਂ ਇਸ ਸਮੇਂ ਪ੍ਰੈਜ਼ੈਂਟ ਐਮ ਐਲ ਏ ਸੀ ਉੱਥੋਂ ਪ੍ਰੈਜ਼ੈਂਟ ਐਮ ਐਲ ਏ ਸੀ ਰਾਜੇ ਠੀਕ ਹੈ ਤੇ ਇਸ ਵਾਰੀ ਇਸ ਵਾਰੀ ਜੋ ਕਹਿ ਦਈਏ ਵੀ ਇਸ ਵਾਰੀ ਆਪਣੇ ਇਸ ਵਾਰੀ ਹਿਮਾਚਲ ਪ੍ਰਦੇਸ਼ ਦੇ ਸੀਐਮ ਕੌਣ ਨੇ ਜੈ ਰਾਮ ਠਾਕੁਰ ਜੀ ਨੇ ਠੀਕ ਹੈ ਜੀ ਜੈ ਰਾਮ ਠਾਕੁਰ ਜੀ ਨੇ ਤਾਂ ਇਹ ਗੱਲ ਯਾਦ ਰੱਖਣੀ ਹੈ ਤਾਂ ਫਸਟ ਟਾਈਮ ਉਹ ਲੋਕ ਸਭਾ ਚ ਫਰਸਟ ਟਾਈਮ ਉਹ ਲੋਕ ਸਭਾ 'ਚ ਕਦੋਂ ਗਿਆ ਸੀ 1962 ਦੇ ਵਿੱਚ ਉਹ ਫਰਸਟ ਟਾਈਮ ਲੋਕ ਸਭਾ 'ਚ ਗਿਆ ਸੀ ਕਿੱਥੇ ਗਿਆ ਸੀ ਲੋਕ ਸਭਾ ਗਿਆ ਸੀ ਰਾਜੇ ਇਹ ਗੱਲ ਯਾਦ ਰੱਖਿਆ ਜੇ ਫਰਸਟ ਟਾਈਮ ਲੋਕ ਸਭਾ 1962 ਦੇ ਵਿੱਚ ਗਿਆ ਸੀ 87 ইয়ার্স ਦੇ ਵਿੱਚ ਸੀਗੇ ਠੀਕ ਹੈ ਜੀ ਐਂਡ ਸਟੇਟ ਅਸੈਂਬਲੀ 'ਚ ਕਦੋਂ ਆਈ ਸੀ ਸਟੇਟ ਅਸੈਂਬਲੀ ਮੀਨਸ ਐਮ ਐਲ ਏ ਕਦੋਂ ਬਣੇ ਸੀ ਐਮ ਐਲ ਏ ਉਹ ਬਣੇ ਸੀ 1987 1987 1987 ਵਿੱਚ ਐਮ ਐਲ ਏ ਬਣੇ ਸੀ ਰਾਜੇ ਠੀਕ ਹੈ ਇੱਕ ਮਿੰਟ ਸੌਰੀ 1993 1983 1983 'ਚ ਐਮ ਐਲ ਏ ਬਣੇ ਸੀਗੇ ਤੇ ਐਮ ਪੀ ਕਦੋਂ ਬਣੇ ਸੀ 1962 ਦੇ ਵਿੱਚ 1962 ਸੈਂਪੀ ਬਣੇ ਸੀ ਪਹਿਲੀ ਵਾਰ ਤੇ 1983 ਦੇ ਵਿੱਚ ਉਹ ਕੀ ਬਣੇ ਸੀਗੇ ਉਹ ਬਣੇ ਸੀ ਐਮਐਲਏ ਠੀਕ ਹੈ ਜੀ ਅਕਤੂਬਰ ਦੇ ਵਿੱਚ ਇਲੈਕਸ਼ਨ ਹੋਏ ਸੀਗੇ ਤਾਂ ਉਦੋਂ ਉਹ ਬਣੇ ਸੀਗੇ ਤਾਂ ਇਹ ਕੁਐਸਚਨ ਤੁਸੀਂ ਯਾਦ ਰੱਖ ਲੋ ਕਾਫੀ ਇੰਪੋਰਟੈਂਟ ਕੁਐਸਚਨ ਬਣ ਸਕਦਾ ਹੈ ਵੀ ਐਮਐਲਏ 9 ਟਾਈਮ ਐਮਐਲਏ ਐਮਪੀ 5 ਟਾਈਮ ਪ੍ਰੈਜ਼ੈਂਟ ਐਮਐਲਏ ਕਿੱਥੋਂ ਸੀ ਆਰਕੀ ਸੀਟ ਸੋਲਨ ਦੇ ਵਿੱਚ ਹੈਗੀ ਠੀਕ ਹੈ ਐਂਡ 1962 ਦੇ ਵਿੱਚ ਪਹਿਲੀ ਵਾਰ ਉਹ ਕੀ ਬਣੇ ਐਮਪੀ ਬਣੇ ਐਂਡ 1983 ਦੇ ਵਿੱਚ ਉਹ ਪਹਿਲੀ ਵਾਰ ਐਮਐਲਏ ਬਣੇ ਠੀਕ ਹੈ ਜੀ ਚਲੋ ਇਹ ਤੁਸੀਂ ਯਾਦ ਰੱਖਣਾ ਕੁਐਸਚਨ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਤਾਂ ਇਹਦੇ ਬਾਰੇ ਹਮੇਸ਼ਾ ਇਹ ਕੁਐਸਚਨ ਆਉਂਦੇ ਆਉਂਦਾ ਰਹੇ ਠੀਕ ਹੈ ਤਾਂ ਕਾਂਗਰਸ ਦੇ ਲੀਡਰ ਸੀ राजे ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੇ ਸੀ ਕਾਂਗਰਸ ਦੇ ਲੀਡਰ ਸੀਗੇ ਕਾਂਗਰਸ ਦੇ ਲੀਡਰ ਸੀ ਰਾਜੇ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਦੱਸੋ ਜੀ ਨੈਕਸਟ ਕੁਐਸਚਨ ਕੀ ਹੈਗਾ ਜੋ ਫਲਿਚ ਰੇਟਿੰਗ ਹੈਜ਼ ਕੱਟ ਇੰਡੀਆਜ਼ ਗਰੋਥ ਇੰਡੀਆ ਦੀ ਗਰੋਥ ਰੇਟ ਫਿਸਕਲ ਈਅਰ 2022 ਦੀ ਫਿਸਕਲ ਈਅਰ ਕਿੰਨੇ ਪਰਸੈਂਟ ਗਰੋਥ ਰੇਟ ਗਰੋਥ ਰੇਟ ਦਾ ਉਹਨਾਂ ਕੀ ਕਿਹਾ ਵੀ ਵਿਕਾਸ ਦਰ ਵਿਕਾਸ ਦਰ ਘਟਾ ਦਿੱਤੀਗੀ ਕਿੰਨੇ ਪਰਸੈਂਟ ਪਰਸੈਂਟ ਵਿਕਾਸ ਦਰ ਘਟ ਗਈ ਹੈ ਭਾਰਤ ਵਿੱਚ ਕੋਈ ਚਾ ਦੱਸ ਸਕਦਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਰਾਜੇ ਸੈਸ਼ਨ ਨੂੰ ਸ਼ੇਅਰ ਕਰ ਦਿਓ 87 ਇਅਰ ਦੇ ਸੀ ਰਾਜੇ 87 ਸਾਲ ਦੇ ਸੀ ਵੀਰਪਾਲ ਜੀ 87 ਸਾਲ ਦੇ ਸੀ 11% ਰਾਜੇ ਬਿਲਕੁਲ ਸਹੀ ਹੈ ਜੀ ਸੀ ਆਪਸ਼ਨ 11% ਆਵੇਗਾ ਠੀਕ ਹੈ ਜੀ 11% ਅਨਸਰ ਆਵੇਗਾ 11% ਨੈਕਸਟ ਕੁਐਸਚਨ ਨਾਲ ਵਧਦੇ ਆ ਨੈਕਸਟ ਕੁਐਸਚਨ ਦੱਸੋ ਜੀ ਨੈਕਸਟ ਕੁਐਸਚਨ ਆਪਣੀ ਮਿਨਿਸਟਰੀ ਤੋਂ ਹੈ ਅਗਰ ਕੋਈ ਮਿਨਿਸਟਰੀ ਤੇ ਬੱਚਾ ਕਰ ਰਿਹਾ ਤਾਂ ਮਿਨਿਸਟਰੀ ਤੋਂ ਨੈਕਸਟ ਕੁਐਸਚਨ ਠੀਕ ਹੈ ਨੈਕਸਟ ਕੁਐਸਚਨ ਮਿਨਿਸਟਰੀ ਤੋਂ ਰਾਜੇ ਅਨਸਰ ਦੇ ਦਿਓ ਹਾਂਜੀ ਤਾਂ ਕੁਐਸਚਨ ਕੀ ਰਾਜੇ ਆਪਣਾ ਨਵਾਂ ਰੇਲ ਮੰਤਰੀ ਨਵ ਆਪਣਾ ਨਵਾਂ ਰੇਲ ਮੰਤਰੀ ਰੇਲਵੇ ਮਿਨਿਸਟਰ ਐਂਡ ਆਈਟੀ ਮਿਨਿਸਟਰ ਕੌਣ ਹੈ ਠੀਕ ਹੈ ਜੀ ਤਾਂ ਦੱਸੋ ਜੀ ਫਰਸਟ ਮੇਜਰ ਜੋ ਆਪਣੀ ਕੈਬਨਿਟ ਦੀ ਰੀਸ਼ਫਲਿੰਗ ਹੋਈ ਹੈ ਰੀਸ਼ਫਲ ਹੋਇਆ ਹੈ ਤਾਂ ਉਹਦੇ ਵਿੱਚ ਰੇਲਵੇ ਮਿਨਿਸਟਰ ਤੇ ਆਈਟੀ ਮਿਨਿਸਟਰ ਕੌਣ ਹੈ ਰੇਲਵੇ ਮਿਨਿਸਟਰ ਤੇ ਆਈਟੀ ਮਿਨਿਸਟਰ ਕੌਣ ਹੈ ਰਾਜੇ ਦੱਸੋ ਬੱਚਾ ਰੇਲਵੇ ਮਿਨਿਸਟਰ ਤੇ ਆਈਟੀ ਮਿਨਿਸਟਰ ਕੌਣ ਨੇ ਕੌਣ ਬਣਿਆ ਅਸ਼ਵਨੀ ਵੈਸ਼ਨੋ ਅਸ਼ਵਨੀ ਵੈਸ਼ਨੋ ਜੀ ਠੀਕ ਬਿਲਕੁਲ ਜੀ ਅਸ਼ਵਨੀ ਵੈਸ਼ਨੋ ਜੀ ਡੀ ਆਪਸ਼ਨ ਬਿਲਕੁਲ ਸਹੀ ਹੈ ਨੈਕਸਟ ਕੁਐਸਚਨ ਵੱਲ ਵਧਦੇ ਆਪਾਂ ਨੈਕਸਟ ਕੁਐਸਚਨ ਕੀ ਹੈ ਹਾਂਜੀ ਤਾਂ ਕਿਹੜੀ ਬਾਲੀ ਕਿਹੜੀ ਬਾਲੀਵੁੱਡ ਐਕਟਰਸ ਦੇ ਨਾਮ ਦੇ ਉੱਪਰ ਇਹਨਾਂ ਨੇ ਫਾਇਰਿੰਗ ਫਾਇਰਿੰਗ ਰੇਂਜ ਇੱਕ ਸੈਟਅਪ ਕੀਤਾ ਹੈ ਫਾਇਰਿੰਗ ਰੇਂਜ ਕਸ਼ਮੀਰ ਦੇ ਵਿੱਚ ਫਾਇਰਿੰਗ ਰੇਂਜ ਸੈਟਅਪ ਕੀਤਾ ਗਿਆ ਰਾਜੇ ਕਸ਼ਮੀਰ ਦੇ ਵਿੱਚ ਫਾਇਰਿੰਗ ਰੇਂਜ ਸੈਟਅਪ ਕੀਤਾ ਗਿਆ ਤਾਂ ਦੱਸ ਸਕਦੇ ਕੋਈ ਬੱਚਾ ਕਸ਼ਮੀਰ ਦੇ ਵਿੱਚ ਫਾਇਰਿੰਗ ਰੇਂਜ ਸੈਟਅਪ ਕਰ ਦਿੱਤਾ ਗਿਆ ਤਾਂ ਕਿਸ ਬਾਲੀਵੁੱਡ ਐਕਟਰ ਦੇ ਨਾਮ ਤੋਂ ਉਹਨਾਂ ਨੇ ਇਹ ਆਪਣੀ ਜੋ ਫਾਇਰਿੰਗ ਰੇਂਜ ਹੈ ਫਾਇਰਿੰਗ ਰੇਂਜ ਆਰਮੀ ਦੀ ਫਾਇਰਿੰਗ ਰੇਂਜ ਕਿਸ ਦੇ ਨਾਮ ਤੋਂ ਰੱਖਿਆ ਵਿਦਿਆਪਾਲਨ ਦੇ ਨਾਮ ਤੋਂ ਰੱਖਿਆ ਬਿਲਕੁਲ ਜੀ ਵਿਦਿਆਪਾਲਨ ਦੇ ਨਾਮ ਤੋਂ ਵਿਦਿਆਬਾਲਨ ਦੇ ਨਾਮ ਤੋਂ ਕੀ ਰੱਖਿਆ ਗਿਆ ਹੈ ਵਿਦਿਆਬਾਲਨ ਦੇ ਨਾਮ ਤੋਂ ਉਹਨਾਂ ਨੇ ਕਸ਼ਮੀਰ ਦੇ ਵਿੱਚ ਫਾਇਰਿੰਗ ਰੇਂਜ ਆਰਮੀ ਨੇ ਸੈਟਅਪ ਕੀਤਾ ਹੈ ਤਾਂ ਉੱਥੋਂ ਉਹਨਾਂ ਨੇ ਨਾਮ ਰੱਖਿਆ ਠੀਕ ਹੈ ਜੀ ਵਿਦਿਆਪਾਲਨ ਬਿਲਕੁਲ ਸਹੀ ਰਾਜੇ ਨੈਕਸਟ ਕੁਐਸਚਨ ਵੱਧਦੇ ਆ ਨੈਕਸਟ ਕੁਐਸਚਨ ਦੱਸੋ ਜੀ ਵਿਚ ਮੈਟਰੋ ਸਿਸਟਮ ਵਿਚ ਮੈਟਰੋ ਸਿਸਟਮ ਹੈਜ਼ ਲਾਂਚਡ ਇੰਡੀਆਜ਼ ਫਰਸਟ ਫਾਸਟ ਗਾਰਡ ਇੰਡੀਆ ਦਾ ਫਰਸਟ ਜੋ ਫਾਸਟ ਗਾਰਡ ਸੋ ਜੀ ਜੋ ਜੀ ਫਾਸਟ ਟੈਗ ਹੁੰਦਾ ਫਾਸਟ ਫਾਸਟ ਟੈਗ ਐਂਡ ਯੂਨੀਫਾਈਡ ਪੇਮੈਂਟ ਇੰਟਰਫੇਸ ਯੂਪ ਪਾਰਕਿੰਗ ਫੈਸਿਲਿਟੀ ਟੂ ਰਿਡਿਊਸ ਦਾ ਟਾਈਮ ਫਾਰ ਐਂਟਰੀ ਐਂਡ ਪੇਮੈਂਟਸ ਦੱਸੋ ਜੀ ਕਿਹੜੀ ਮੈਟਰੋ ਨੇ ਕਿਹੜੀ ਮੈਟਰੋ ਇੱਥੇ ਮੈਟਰੋਸ ਤੇ ਨਾਮ ਨੇ ਮੁੰਬਈ ਮੈਟਰੋ ਹੈ ਕਿ ਦਿੱਲੀ ਮੈਟਰੋ ਹੈ ਕਿ ਲਖਨਊ ਮੈਟਰੋ ਹੈ ਜਾਂ ਆਗਰਾ ਮੈਟਰੋ ਹੈ ਕਿਹੜੀ ਮੈਟਰੋ ਨੇ ਫਸਟ ਟਾਈਮ ਫਾਸਟੈਗ ਫਾਸਟੈਗ ਸਟਾਰਟ ਕੀਤੇ ਨੇ ਜਾਂ ਯੂਪੀਆਈ ਸਿਸਟਮ ਸਟਾਰਟ ਕੀਤਾ ਹੈ ਵੀ ਜੋ ਪਾਰਕਿੰਗ ਦੇ ਵਿੱਚ ਟਾਈਮ ਲੱਗਦਾ ਸੀ ਉਸ ਟਾਈਮ ਨੂੰ ਘਟਾਉਣ ਵਾਸਤੇ ਦਿੱਲੀ ਕੇ ਹੋਰ ਕਿਸੇ ਨੇ ਦਿੱਲੀ ਬਿਲਕੁਲ ਸਹੀ ਰਾਜੇ ਦਿੱਲੀ ਨੇ ਕੀਤਾ ਬਿਲਕੁਲ ਰਾਜੇ ਸਹੀ ਹੈ ਕੁਐਸਚਨ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਪੰਜਾਬ ਜੌਬਸ ਵਾਸਤੇ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਨੈਕਸਟ ਕੁਐਸਚਨ ਦੱਸੋ ਜੀ ਤਾਂ ਪ੍ਰਜੀ ਪ੍ਰਜੀਡੀਅਸ ਹੈਂਬੋਲਟ ਹੈਂਬੋਲਟ ਰਿਸਰਚ ਅਵਾਰਡ ਕਿਸ ਨੂੰ ਦਿੱਤਾ ਗਿਆ ਹੈ ਪਾਲਟ ਰਿਸਰਚ ਅਵਾਰਡ ਦੱਸ ਸਕਦੇ ਹੋ ਬੱਚਾ ਕਾਫੀ ਇੰਪੋਰਟੈਂਟ ਕੁਐਸਚਨ ਹੈ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਦਿੱਲੀ ਮੈਟਰੋ ਬਾਰੇ ਮੈਂ ਤੁਹਾਨੂੰ ਦੱਸਿਆ ਹੀ ਸੀ 10 ਲਾਈਨਸ ਨੇ 253 ਸਟੇਸ਼ਨਸ ਨੇ ਅਗਰ ਦਿੱਲੀ ਮੈਟਰੋ ਦਾ ਕੋਈ ਵੀ ਕੁਐਸਚਨ ਪੰਦਾ ਹੈ ਤਾਂ ਦਿੱਲੀ ਮੈਟਰੋ ਦੀ ਸੁਜਾਦ ਰੱਖ ਸਕਦੇ ਹੋ 10 ਲਾਈਨਸ ਨੇ ਤੇ 253 ਸਟੇਸ਼ਨ ਨੇ ਦਿੱਲੀ ਮੈਟਰੋ ਦੇ ਠੀਕ ਹੈ ਜੀ ਦਿੱਲੀ ਮੈਟਰੋ ਬਾਰੇ ਕੁਐਸਚਨ ਯਾਦ ਰੱਖ ਲੈਣਾ ਤੁਸੀਂ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਵੱਧਦੇ ਆਪਾਂ ਦੱਸੋ ਜੀ ਕਿਸ ਨੂੰ ਅਵਾਰਡ ਮਿਲਿਆ ਡੀ অপਸ਼ਨ ਆ ਰਹੀ ਹੈ ਡੀ ਆਪਸ਼ਨ ਕੀ ਹੈ ਕੌਸ਼ਿਕ 바ਸੂ ਕੌਸ਼ਿਕ 바ਸੂ बिल्कुल सही है जी कौशिक क्वेश्चन बाद मिले होल्ड रिसर्च अवार्ड ठीक है जी चलो नेक्स्ट क्वेश्चन दसो जी काफी इंपॉर्टेंट है नेक्स्ट क्वेश्चन नेक्स्ट क्वेश्चन काफी ज्यादा इंपॉर्टेंट है द वोमेन्स एशिया कप इन इंडिया विल बी हैल्ड इन विच स्टेट आफ्टर द ਏਸ਼ੀਅਨ ਫੁੱਟਬਾਲ ਕੰਫੈਡਰੇਸ਼ਨ ਕੰਫੈਡਰੇਸ਼ਨ ਡ੍ਰੌਪਡ ਗੁਜਰਾਤ ਐਸ ਵੈਨਿਊ ਮੀਨਸ ਗੁਜਰਾਤ ਨੇ ਗੁਜਰਾਤ ਵੈਨਿਊ ਨੂੰ ਛੱਡਤਾ ਗੁਜਰਾਤ ਦਾ ਜਿਹੜਾ ਵੈਨਿਊ ਸੀ ਉਹਨਾਂ ਨੂੰ ਛੱਡਤਾ ਤਾਂ ਹੁਣ ਜਿਹੜਾ ਹੈਗਾ ਵੂਮਨਸ ਦਾ ਏਸ਼ੀਆ ਕੱਪ ਕਿੱਥੇ ਲੱਗੇਗਾ ਵੂਮਨਸ ਦਾ ਏਸ਼ੀਆ ਕੱਪ ਕਿੱਥੇ ਲੱਗੇਗਾ ਕੋਈ ਦੱਸ ਸਕਦਾ ਕੋ ਬੱਚਾ ਵੂਮਨਸ ਦਾ ਏਸ਼ੀਆ ਕੱਪ ਕਿੱਥੇ ਲੱਗੇਗਾ ਮਹਾਰਾਸ਼ਟਰ ਚ ਲੱਗੇਗਾ बिल्कुल सही, सही है महाराष्ट्र में लगेगा बिल्कुल सही है महाराष्ट्र बिल्कुल सही है बिल्कुल कोके वर्गा जवाब है तो हर्ष जी बिल्कुल सही है कोई बच्चे हाँ जी हाँ जी सैशन शेयर कर दो राजे लाइक कर दो जल्दी, जल्दी। तो जल्दी ताकि तो कि सारक ये इनफोरमेस पहुँचे कि करंट अफेयर की महा कलास स्टार्टई हुई, हुई है ठीक है जी चलो नैक्सट क्वेश्चन दसो जी नैक्सट क्वेश्चन की है ਤਾਂ ਲਾਈਨ ਆਫ ਕੰਟਰੋਲ ਲਾਈਨ ਆਫ ਕੰਟਰੋਲ ਤੇ ਇੱਕ ਮੈਮਰੀ ਇੱਕ ਕਹਿ ਦੋ ਵੀ ਇੱਕ ਯਾਦਗਾਰ ਇੱਕ ਯਾਦਗਾਰ ਦਾ ਉਦਘਾਟਨ ਕੀਤਾ ਗਿਆ ਕਿ ਯਾਦਗਾਰ ਦਾ ਉਦਘਾਟਨ ਕੀਤਾ ਗਿਆ ਠੀਕ ਹੈ ਜੀ ਤਾਂ ਉਹਨਾਂ ਦਾ ਇਨੋਗ੍ਰੇਸ਼ਨ ਇਨੋਗ੍ਰੇਸ਼ਨ ਜੋ ਕਹਿ ਦੋ ਵੀ ਇਨੋਗ੍ਰੇਸ਼ਨ ਇਨੋਗ੍ਰੇਸ਼ਨ ਕੀਤਾ ਗਿਆ ਠੀਕ ਹੈ ਤਾਂ ਕਿਸ ਦੀ ਯਾਦ ਵਿੱਚ ਕਿਸ ਦੀ ਯਾਦ ਵਿੱਚ ਇਹਨਾਂ ਨੇ ਇੱਕ ਮੈਮਰੀਏਬਲ ਹਿਸਟੋਰੀਕਲ ਜਗ੍ਹਾ ਬਣਾਈਏ ਕਿਸ ਦੀ ਯਾਦ ਵਿੱਚ ਬਣਾਈਏ ਸੰਤੋਸ਼ ਬਾਬੂ ਦੀ ਯਾਦ ਵਿੱਚ ਬਣਾਈਏ ਜਾਂ ਗੁਰਜਿੰਦਰ ਸਿੰਘ ਸੂਰੀ ਦੀ ਜਾਂਚ ਬਣਾਈਏ ਜਾਂ ਮਨਦੀਪ ਸਿੰਘ ਦੀ ਜਾਂਚ ਬਣਾਈਏ ਜਾਂ ਸਤਨਾਮ ਸਿੰਘ ਦੀ ਜਾਂਚ ਬਣਾਈਏ ਜਾਂ ਸੁਸ਼ੀਲ ਕਾਮਾ ਦੀ ਜਾਂਚ ਬਣਾਈਏ ਪੀਡ ਕੋਰਸੇ ਇਕਨੋਮੀ ਕਲਾਸ ਲੱਗਦੀ ਰਾਜੇ ਪੀਡ ਕੋਰਸ ਦੇ ਵਿੱਚ ਗੁਰਜਿੰਦਰ ਸਿੰਘ ਸੂਰੀ ਬਿਲਕੁਲ ਸਹੀ ਹੈ ਜੀ ਗੁਰਜਿੰਦਰ ਸਿੰਘ ਸੂਰੀ ਕਿਸ ਆਪਰੇਸ਼ਨ ਵਿੱਚ ਡੈਥ ਹੋਈ ਸੀ ਗੁਰਜਿੰਦਰ ਸਿੰਘ ਸੂਰੀ ਦੀ ਗੁਰਜਿੰਦਰ ਸਿੰਘ ਸੂਰੀ ਦੀ ਕਿਸ ਆਪਰੇਸ਼ਨ ਵਿੱਚ ਡੈਥ ਹੋਈ ਸੀ ਆਪਰੇਸ਼ਨ ਕੀ ਸੀ ਬਿਰਸਾ ਮੁੰਡਾ ਬਿਰਸਾ ਮੁੰਡਾ ਆਪਰੇਸ਼ਨ ਸੀਗਾ ਨਾਮ ਯਾਦ ਰੱਖਣਾ ਬਿਰਸਾ ਮੁੰਡਾ ਆਪਰੇਸ਼ਨ ਸੀਗਾ 1999 ਦੇ ਵਿੱਚ 1999 ਦੇ ਵਿੱਚ ਬਿਰਸਾ ਮੁੰਡਾ ਆਪਰੇਸ਼ਨ ਹੋਇਆ ਸੀ ਆਰਮੀ ਦਾ ਉਸ ਦੇ ਵਿੱਚ ਸ਼ਹੀਦ ਹੋ ਗਏ ਸੀ ਠੀਕ ਹੈ ਜੀ ਕੈਪਟਨ ਸੀਗੇ ਸ਼ਹੀਦ ਹੋ ਗਏ ਸੀਗੇ ਗੁਲਮਾਰਗ ਦੇ ਚ ਨਾ ਸ਼ਹੀਦ ਹੋ ਗਏ ਸੀ ਤੇ ਜਿੱਥੇ ਕੀ ਇਹਨਾਂ ਦੀ ਯਾਦ ਵਿੱਚ ਇਹਨਾਂ ਨੇ ਬਣਾਇਆ ਗਿਆ ਮੈਮਰੀਏਬਲ ਜਗ੍ਹਾ ਆਪਣਾਈਏ ਠੀਕ ਹੈ ਜੀ ਚਲੋ ਨੈਕਸਟ ਸੁਪਰਵਾਈਜ਼ਰ ਦਾ ਬੈਚ ਆਪਣਾ ਆਨਲਾਈਨ ਕਲਾਸਿਸ ਚੱਲ ਰਹੀਆਂ ਨੇ ਰਾਜੇ ਠੀਕ ਹੈ ਜੀ ਤਾਂ ਬਿਲਕੁਲ ਗਲਮਾਰ ਵਿੱਚ ਹੋਇਆ ਸੀ ਬਿਲਕੁਲ ਤਾਂ ਵੀਡੀਓ ਕਲਾਸਿਸ ਨੇ ਡਾਊਨਲੋਡਡ ਸਟੱਡੀ ਮਟੀਰੀਅਲ ਐਂਡ ਇੰਗਲਿਸ਼ ਤੇ ਪੰਜਾਬੀ ਮੀਡੀਅਮ ਦੇ ਵਿੱਚ ਕਰਵਾਇਆ ਜਾ ਰਿਹਾ ਠੀਕ ਹੈ ਰਾਜੇ ਤੁਸੀਂ ਬੈਚ ਨੂੰ ਜੋ ਬੱਚੇ ਸੁਪਰਵਾਈਜ਼ਰ ਦੀ ਤਿਆਰੀ ਕਰ ਰਹੇ ਨੇ ਸਪੈਸ਼ਲ ਔਮਨਸ ਵਾਸਤੇ ਆ ਤੁਸੀਂ ਬੈਚ ਪਰਚੇਸ ਕਰਕੇ ਤਿਆਰੀ ਨੂੰ ਆਪਣੇ ਨੂੰ ਚਾਰ ਚੰਨ ਲਗਾ ਸਕਦੇ ਹੋ ਹਾਂਜੀ ਨੈਕਸਟ ਕੁਐਸਚਨ ਦੱਸੋ ਜੀ ਤਾਂ 올림픽 ਦੇ ਵਿੱਚ 골드 메달 ਜਿੱਤਣ ਵਾਲਾ ਕਿਹੜਾ ਖਿਡਾਰੀ ਸੀ ਮਹਾਰਥੀ ਸੀ ਮਹਾਕਥਾ ਮਹਾਰਥ ਮਹਾ ਖਿਡਾਰੀ ਸੀ ਜਿਨ੍ਹਾਂ ਦੀ ਡੈਥ ਹੋ ਗਈ ਦੱਸ ਦਿਓ ਜੀ ਜਿਨ੍ਹਾਂ ਦੀ ਡੈਥ ਹੋ ਗਈ 올림픽 ਵਿੱਚ ਸੋਨੇ ਦਾ ਮੈਡਲ ਜਿੱਤਣ ਵਾਲਿਆ ਕਿਹੜਾ ਬੰਦਾ ਸੀਗਾ ਜਿੰਦੀ ਡੈਥ ਹੋ ਗਈ ਤੇ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਕਿਹੜੇ ਵਾਲੀ 올림픽 ਸੀਗੀਆਂ ਕਿਹੜੇ ਵਾਲੀ 올림픽 ਸੀਗੀਆਂ ਉਹ 올림픽 ਦੀ ਵੀ ਤੁਸੀਂ ਯਾਦ ਰੱਖਣਾ ਹੈ ਕਿਸ਼ਵਦਤ ਬਿਲਕੁਲ ਸਹੀ ਹੈ ਜੀ ਕਿਸ਼ਵਦਤ ਦੀ ਡੈਥ ਹੋਈ ਏ ਕਿਸ਼ਵਦਤ ਡੈਥ ਹੋਈ ਏ 1948 ਦੇ ਵਿੱਚ 올림픽 ਖੇਡਾਂ ਹੋਈਆਂ ਸੀਗੀਆਂ ਯਾਦ ਰੱਖਣਾ 1948 ਵਿੱਚ 올림픽 ਖੇਡਾਂ ਹੋਈਆਂ ਸੀ ਜਿੰਦੇ ਵਿੱਚ ਹੋਮ ਟੀਮ ਹੋਮ ਟੀਮ ਕੌਣ ਸੀ ਬ੍ਰਿਟੇਨ ਬ੍ਰਿਟੇਨ ਹੋਮ ਟੀਮ ਨੂੰ ਹਰਾਇਆ ਗਿਆ ਸੀਗਾ 4 4 0 ਨਾਲ 4 0 0 ਨਾਲ ਬ੍ਰਿਟੇਨ ਨੂੰ ਹਰਾਇਆ ਸੀ ਯਾਦ ਰੱਖਣਾ ਠੀਕ ਹੈ ਜੀ ਬ੍ਰਿਟੇਨ ਨੂੰ ਹਰਾਇਆ ਸੀਗਾ ਇੰਡੀਆ ਨੇ ਤੇ ਆਪਣਾ 골ਡ ਮੈਡਲ ਜਿੱਤਿਆ ਸੀਗਾ 골ਡ ਮੈਡਲ ਜਿੱਤਿਆ ਸੀ ਰਾਜੇ ਠੀਕ ਹੈ ਜੀ ਤਾਂ ਲੰਡਨ ਦੇ ਵਿੱਚ ਹੋਇਆ ਸੀ ਇਹ ਜਿਹੜਾ ਮੁਕਾਬਲਾ ਲੰਡਨ ਚ ਹੋਇਆ ਸੀਗਾ ਬ੍ਰਿਟੇਨ ਜੋ ਹੋਮ ਟੀਮ ਸੀ ਬ੍ਰਿਟੇਨ ਨੂੰ ਇੰਡੀਆ ਨੇ ਹਰਾਤਾ ਸੀ 4-0 ਦੇ ਨਾਲ ਹਰਾਤਾ ਸੀ ਤਾਂ 골ਡ ਮੈਡਲ ਜਿੱਤਿਆ ਸੀ ਤਾਂ ਉਸ ਜੋ ਟੀਮ ਹੈ ਉਸ ਟੀਮ ਕੌਣ ਸੀ ਕੇਸ਼ਵਦੱਤ ਕੇਸ਼ਵਦੱਤ ਜੀ ਦੀ ਡੈਥ ਹੋ ਗਈ ਬਿਲਕੁਲ ਸਹੀ ਰਾਜੇ ਬਿਲਕੁਲ ਸਹੀ ਹੈ ਚਲੋ ਨੈਕਸਟ ਕੁਐਸਚਨ ਦੱਸੋ ਜੀ ਹੂ ਹੈਜ਼ ਬੀਨ टेकन चार्ज ऑफ डायरेक्टर जनरल ऑफ ऑल इंडिया रेडियो ऑल इंडिया रेडियो द डायरेक्टर कौन बन गया राजे ऑल इंडिया रेडियो राहुल जादव जी बिल्कुल हो जाएगा हंड्रेड परसेंट हो जाएगा हंड्रेड परसेंट हो जाएगा राजे हर्ष जी हॉकी, हॉकी की गल हो रही है हॉकी हाकी हॉकी ਡੇਲੀ ਦੀਆਂ ਰਾਹੁਲ ਜੀ ਡੇਲੀ ਦੀਆਂ 7 ਤੋਂ 8 ਕਲਾਸਾਂ ਲੱਗ ਲੱਗ ਰਹੀਆਂ ਨੇ ਤਾਂ 8 ਤੋਂ 7 ਤੋਂ 8 ਸਬਜੈਕਟ ਆਪਾਂ ਕੰਟੀਨਿਊਸਲੀ ਆਪਾਂ ਜੋ ਕਰ ਰਹੇ ਆਂ ਠੀਕ ਹੈ 17th ਲਈ ਸਾਰੇ ਸਬਜੈਕਟ ਪੂਰੇ ਹੋ ਰਹੇ ਨੇ ਠੀਕ ਹੈ ਤਾਂ ਹਾਂਜੀ ਹਾਂਜੀ ਕਾਫੀ ਇੰਪੋਰਟੈਂਟ ਸੈਸ਼ਨ ਰਾਜੇ ਬਿਲਕੁਲ ਸੈਸ਼ਨ ਕਾਫੀ ਇੰਪੋਰਟੈਂਟ ਰਹਿਣ ਵਾਲਾ ਹੈ 올 ਇੰਡੀਆ ਡਾਇਰੈਕਟਰ ਜਨਰਲ ਅਕਾਊਂਟ ਬਣ ਗਏ ਰਾਜੇ 올 ਇੰਡੀਆ ਡਾਇਰੈਕਟਰ ਜਨਰਲ ਅਕਾਊਂਟ ਬਣ ਗਏ ਨੇ ਕੋਈ ਦੱਸ ਸਕਦਾ ਬੱਚਾ एन विनोदर रैडी एन विनोदर रैडी कौन बन गए थे ऑल इंडिया ऑल इंडिया रेडियो के डायरेक्टर एन विनोदर रैडी एन विनोदर रैडी जो बन गए ने ऑल इंडिया रेडियो के डायरेक्टर बन गए हैं ठीक है जी डायरेक्टर बन गए हैं ग्राम सेवक की अभी पोस्टिंग तक का पता नहीं बना भाई ग्राम सेवक का पता नहीं हमें ठीक है तो आप कोई फॉर्म फिल करता है शॉप उससे पूछ सकते हो चलो हाँ जी नेक्स्ट क्वेश्चन की है who will who will remain the acting ceo ceo of the icci acting ceo kon ban gaya resign kinne de tar resign after the resign mannu shaune mannu mannu shone the resign den to baad mannu shane shone de resign den to baad mannu shane shone de resign den to baad gal ja na mannu shane de resign den to baad kon acting ceo ban gaya acting ceo kon ban gaya icci da आईसी आईसी का कौन बन गया राजे कौन बन गया जियोस आल आलड्रॉस ठीक है जियोस आलड्रॉस बन गए ने एक्टिंग सीईओ गल याद रखनी काफ़ी इंपॉर्टेंट क्वेश्चन है काफ़ी इंपोर्टेंट क्वेश्चन राजे ठीक है तो ਅੱਛਾ ਪੀਸੀਐਸ ਆਉਣ ਵਾਲਾ ਰਾਜੇ ਪੀਸੀਐਸ ਕਹਿ ਰਹੇ ਨੇ ਪੀਸੀਐਸ ਬਹੁਤ ਜਲਦੀ ਆ ਜਾਏਗਾ ਨੈਕਸਟ ਮੰਥ ਜਾਂ ਇਸ ਮੰਥ ਐਂਡ ਜਾਂ ਨੈਕਸਟ ਮੰਥ ਪੀਸੀਐਸ ਆਉਣ ਵਾਲਾ ਹੈ ਪੀਸੀਐਸ ਆਉਣ ਵਾਲਾ ਰਾਜੇ ਠੀਕ ਹੈ ਜੀ ਦੱਸੋ ਜੀ ਵਰਡ ਦਾ ਟਾਲੈਸਟ ਟਾਲੈਸਟ ਕੀ ਸੈਂਡ ਸੈਂਡ ਕੈਸਟਲੀ ਸੈਂਡ ਕੈਸਟਲੇ ਸੈਂਡ ਕੈਸਟਲੇ ਕੀ ਹੁੰਦਾ ਹੈ ਰੇਤ ਦਾ ਆਪਾਂ ਕੋਈ ਪਹਾੜ ਖੜਾ ਕਰ ਲੈਣੇ ਜਾਂ ਰੇਤ ਦਾ ਰੇਤ ਦਾ ਪਹਾੜ ਠੀਕ ਹੈ ਖੜਾ ਕਰ ਲੈਣੇ ਆ ਕਿਸ ਸਮੁੰਦਰੀ ਏਰੀਆ ਜਾਂ ਕਿਤੇ ਰੇਤ ਰੇਤ ਇਕੱਠੀ ਕਰ ਕਰਕੇ ਉਹਨੂੰ ਉੱਚਾ-ਉੱਚਾ ਬਣਾ ਕੇ ਜਿਹੜੀ ਇਦਾਂ ਕਰ ਕੈਦੋ ਜਾਂ ਰੇਤ ਦਾ ਸੀ ਰੇਤ 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 ਦਾ ਇੱਕ ਆਪਾਂ ਘਰ ਬਣਾ ਲੈਣੇ ਨਾ ਤਾਂ ਅਰੇ ਅਰੇ ਤਾਂ ਟਿੱਬਾ ਕੈਦੋ ਜਾਂ ਕੁਝ-ਕੁਝ ਕੈਦੋ ਜਿਹੜਾ ਆਪਾਂ ਹੱਥ ਨਾਲ ਬਣਾਈਦਾ ਨਾ ਤਾਂ ਉਹ ਕਿੱਥੇ ਆ ਕੰਸਟਰਕਟਰ ਦੇ ਵਿੱਚ ਕੰਟਰੀ ਕਿਹੜੀ ਕੰਟਰੀ ਦੇ ਵਿੱਚ ਹੈ ਡੈਨਮਾਰਕ ਦੇ ਵਿੱਚ ਡੈਨਮਾਰਕ ਦੇ ਵਿੱਚ ਬਿਲਕੁਲ ਜੀ ਡੈਨਮਾਰਕ ਦੇ ਵਿੱਚ ਹੈਗਾ ਡੈਨਮਾਰਕ ਦੇ ਵਿੱਚ ਬਿਲਕੁਲ ਸਹੀ ਜੀ ਡੈਨਮਾਰਕ ਦੇ ਵਿੱਚ ਹੈਗਾ ਬਿਲਕੁਲ ਸਹੀ ਹੈ ਡੈਨਮਾਰਕ ਕਿੰਨੇ ਫੁੱਟ ਉੱਪਰ ਹੈ ਕਿੰਨੇ ਫੀਟ ਹੈਗਾ 69.4 ਫੁੱਟ 69.4 ਫੀਟ ਹੈਗਾ ਠੀਕ ਹੈ ਜੀ 69.4 ਫੀਟ ਹੈਗਾ ਕੀ ਹੈਗਾ ਡੈਨਮਾਰਕ ਦੇ ਵਿੱਚ ਸੈਂਡ ਕੈਸਲੇ ਬਣਿਆ ਠੀਕ ਹੈ ਜੀ ਉਹੀ ਹੋ ਗਿਆ ਰਾਜੇ 21 ਮਨੋਜ ਜੀ 21 ਮੀਟਰ 21.6 ਮੀਟਰ ਹੈ ਅਗਰ ਮੀਟਰ ਜਿਗਨੋਗੇ ਇਹਨੂੰ ਇਹਨੂੰ ਮੀਟਰ ਚ ਕਨਵਰਟ ਕਰੋਗੇ ਤਾਂ 21.6 ਮੀਟਰ ਹੈ ਪਿਛਲਾ ਰਿਕਾਰਡ ਕਿੰਨਾ ਸੀ ਪਿਛਲਾ ਰਿਕਾਰਡ 17 ਮੀਟਰ ਦਾ ਸੀ ਪਿਛਲਾ ਰਿਕਾਰਡ ਜਰਮਨੀ ਜਰਮਨੀ ਦਾ ਸੀ ਰਾਜੇ ਠੀਕ ਹੈ ਪਿਛਲਾ ਰਿਕਾਰਡ ਜਰਮਨੀ ਦਾ ਸੀ ਜਰਮਨੀ ਦਾ ਜਰਮਨੀ ਦਾ ਜਿਹੜਾ ਰਿਕਾਰਡ ਸੀ ਉਹ ਹੈਗਾ ਸੀ 17.68 ਮੀਟਰ ਜੇ ਪਿਛਲਾ ਰਿਕਾਰਡ ਗੱਲ ਕਰੋ ਪਿਛਲਾ ਰਿਕਾਰਡ ਦੀ ਤਾਂ ਉਹ ਜਰਮਨੀ ਦਾ ਸੀ ਉਹ ਜਰਮਨੀ ਦਾ ਸੀਗਾ ਠੀਕ ਹੈ ਜਰਮਨੀ ਦਾ ਬਣਿਆ ਸੀਗਾ 2019 ਚ ਬਣਿਆ ਸੀਗਾ ਜਰਮਨੀ ਦਾ 2019 ਚ ਜਰਮਨੀ ਦਾ ਬਣਿਆ ਸੀ ਚਲੋ ਨੈਕਸਟ ਕੁਐਸਚਨ ਦੱਸੋ ਜੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਨਵੀਂ ਆਪਾਂ ਨੂੰ ਪ੍ਰਜਾਤੀ ਲੱਭੀ ਹੈ ਜੀ ਸਪਾਈਡਰਸ ਦੀ ਨਵੀਂ ਪ੍ਰਜਾਤੀ ਲੱਭੀ ਹੈ ਠੀਕ ਹੈ ਜੀ ਤਾਂ ਪ੍ਰਜਾਤੀਆਂ ਦੇ ਨਾਮ ਵੀ ਤੁਹਾਡੇ ਸਾਹਮਣੇ ਆ ਪ੍ਰਜਾਤੀਆਂ ਦੇ ਨਾਮ ਵੀ ਤੁਹਾਡੇ ਸਾਹਮਣੇ ਆ ਤਾਂ ਕਿਹੜੀ ਸਟੇਟ ਦੇ ਵਿੱਚ ਲੱਭੀ ਹੈ ਨਵੀਆਂ ਜੋ ਪ੍ਰਜਾਤੀਆਂ ਲੱਭੀਆਂ ਨੇ ਸਪਾਈਡਰਸ ਦੀਆਂ ਸਪਾਈਡਰਸ ਦੀਆਂ ਨਵੀਆਂ ਪ੍ਰਜਾਤੀਆਂ ਲੱਭੀਆਂ ਰਾਜੇ ਉਹ ਕਿਹੜੀ ਸਟੇਟ ਦੇ ਸਟੇਟ ਦੇ ਵਿੱਚ ਨੇ ਕਿਹੜੀ ਸਟੇਟ ਦੇ ਵਿੱਚ ਨੇ ਮਹਾਰਾਸ਼ਟਰ ਦੇ ਵਿੱਚ ਨੇ ਚਲੋ ਜੀ ਮਹਾਰਾਸ਼ਟਰ ਵਿੱਚ ਪ੍ਰਜਾਤੀਆਂ ਪੈਦਾ ਕਰਦੀਆਂ ਮੈਨੂੰ ਮਹਾਰਾਸ਼ਟਰ ਮੈਨੂੰ ਅਸਾਮ ਲੱਗ ਰਿਹਾ ਪਤਾ ਨਹੀਂ ਮੈਨੂੰ ਅਸਾਮ ਲੱਗ ਰਿਹਾ ਤੁਸੀਂ ਮਹਾਰਾਸ਼ਟਰ ਕਹਿ ਰਹੇ ਹੋ ਮੈਨੂੰ ਅਸਾਮ ਲੱਗ ਰਿਹਾ ਅਸਾਮ ਮੈਨੂੰ ਅਸਾਮ ਲੱਗ ਰਿਹਾ ਰਾਜੇ ਅਸਾਮ ਠੀਕ ਹੈ ਜੀ ਅਸਾਮ ਅਨਸਰ ਆਵੇਗਾ ਮੈਨੂੰ ਅਸਾਮ ਲੱਗ ਰਿਹਾ ਅਸਾਮ ਅਨਸਰ ਆਵੇਗਾ ਟੈਨਸ਼ਨ ਨਾ ਲਓ ਤੁਸੀਂ ਅਸਾਮ ਅਨਸਰ ਆਵੇਗਾ ਠੀਕ ਹੈ ਜੀ ਚਲ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਕਾਫੀ ਜਿਆਦਾ ਇੰਪੋਰਟੈਂਟ ਹੈ ਜੋ ਆਪਾਂ ਅੱਜ 40 ਕੁਐਸਚਨ ਕਰਾਂਗੇ ਜੋ ਆਪਾਂ ਅੱਜ 9 ਤੋਂ 12 ਤਰੀਕ ਦੇ ਵਿੱਚ ਦੇ ਆਲੇ 40 ਕੁਐਸਚਨ ਕਰਾਂਗੇ 40 ਦੇ ਵਿੱਚੋਂ ਦੋ ਜਾਂ ਤਿੰਨ ਕੁਐਸਚਨ ਤੁਹਾਨੂੰ ਹਰ ਪੇਪਰ ਦੇ ਵਿੱਚ ਮਿਲਣਗੇ ਕਿਉਂਕਿ 9 ਤੋਂ 12 ਦੇ ਕਰੰਟ ਅਫੇਅਰ ਕਾਫੀ ਜਿਆਦਾ ਇੰਪੋਰਟੈਂਟ ਨੇ ਤੁਸੀਂ ਕੁੱਲ ਮਿਲਾ ਕੇ ਦੇਖ ਲਓ ਅਰਾਊਂਡ ਅੰਜ 5 5 ਜੁਲਾਈ ਤੋਂ ਲੈ ਕੇ 5 ਜੁਲਾਈ ਤੋਂ ਲੈ ਕੇ ਤੇ 13 ਜਾਂ 14 ਜੁਲਾਈ 13 ਜਾਂ 14 ਜੁਲਾਈ ਦੇ ਜੋ ਕਰੰਟ ਅਫੇਅਰ ਨੇ ਨਾ ਮੋਸਟ ਇੰਪੋਰਟੈਂਟ ਨੇ 5 ਜੁਲਾਈ ਤੋਂ ਲੈ ਕੇ 13 ਤੋਂ 14 ਜੁਲਾਈ ਦੇ ਕਰੰਟ ਅਫੇਅਰ ਮੋਸਟ ਇੰਪੋਰਟੈਂਟ ਨੇ ਹਰੇਕ ਪੇਪਰ 'ਚ ਦੋ ਜਾਂ ਤਿੰਨ ਕਰੰਟ ਅਫੇਅਰ ਇਨ੍ਹਾਂ ਡੇਟਸ ਤੇ ਆਉਣਗੇ ਆਉਣਗੇ ਠੀਕ ਹੈ ਤਾਂ ਕਰਕੇ ਤੁਸੀਂ ਇਹ ਡੇਟਸ ਦੇ ਕਰੰਟ ਅਫੇਅਰ ਉਂਗਲਾਂ ਦੇ ਰੱਟ ਲੋ ਪੋਟਿਆਂ ਦੇ ਰੱਟ ਲੋ ਠੀਕ ਹੈ ਜੀ ਨੋਹਾਂ ਦੇ ਰੱਟ ਲੋ ਚੰਗੀ ਤਰ੍ਹਾਂ ਦਿਲ ਦੇ ਵਿੱਚ ਵਸਾ ਲੋ ਤਾਂ ਇਹ ਦੱਸੋ ਜੀ ਤਾਂ ਆਪਣਾ ਕਹ ਦੋ ਵੀ ਆਪਾਂ ਇੱਕ ਐਮਓਯੂਸ ਇੰਡੀਆ ਨੇ ਸਾਈਨ ਕੀਤਾ ਹੈ ਕਾਦੇ ਵਾਸਤੇ ਜਿਹੜਾ ਹੈਗਾ ਇਹ ਕੰਪੀਟੀਸ਼ਨ ਆਫ ਲਾਅ ਐਂਡ ਪਾਲਿਸੀ ਕੰਪੀਟੀਸ਼ਨ ਆਫ ਲਾਅ ਐਂਡ ਪਾਲਿਸੀ ਦੇ ਵਿੱਚ ਇੰਡੀਆ ਨੇ ਐਮ ਐਮਓਯੂ ਸਾਈਨ ਕੀਤਾ ਹੈ ਕਿਹੜੀ ਕੰਟਰੀ ਨਾਲ ਕੀਤਾ ਐਮਓਯੂ ਸਾਈਨ ਜਪਾਨ ਨਾਲ ਤੁਸੀਂ ਸਾਈਨ ਕਰਾਉਣ ਲੱਗੇ ਯਾਰ ਜਪਾਨ ਦੇ ਨਾਲ ਬਿਲਕੁਲ ਸਹੀ ਹੈ ਜੀ ਜਪਾਨ ਦੇ ਨਾਲ ਇਹਨਾਂ ਨੇ ਸਾਈਨ ਕੀਤਾ ਹੈ ਜਪਾਨ ਦੇ ਨਾਲ ਇਹਨਾਂ ਨੇ ਜੇ ਮੁਕਾਬਲੇਬਾਜ਼ੀ ਕੰਪੀਟੀਸ਼ਨ ਲਾਅ ਐਂਡ ਪਾਲਿਸੀ ਪਾਲਿਸੀ ਦੇ ਮਾਮਲਿਆਂ ਦੇ ਵਿੱਚ ਇਹਨਾਂ ਨੇ ਜਪਾਨ ਦੇ ਨਾਲ ਜਿਹੜਾ ਸਮਝੌਤਾ ਕੀਤਾ ਰਾਜੇ ਠੀਕ ਹੈ ਜੀ ਬਿਲਕੁਲ ਸਹੀ ਹੈ ਤਾਂ ਬਿਲਕੁਲ ਸਹੀ ਜਪਾਨ ਅਨਸਰ ਆਵੇਗਾ ਚਲੋ ਨੈਕਸਟ ਕੁਐਸਚਨ ਦੱਸੋ ਜੀ ਨੈਕਸਟ ਕੁਐਸਚਨ ਇੱਕ ਪੋਇਮ ਪੋਇਮ ਦੇ ਉੱਪਰ ਗੱਲ ਹੋ ਰਹੀ ਹੈ ਕੀ ਹੈ ਦਾ ਲਾਈਟ ਆਫ ਏਸ਼ੀਆ ਦਾ ਲਾਈਟ ਆਫ ਏਸ਼ੀਆ ਦੇ ਆਥਰ ਕੌਣ ਨੇ ਦਾ ਲਾਈਟ ਆਫ ਏਸ਼ੀਆ ਦੇ ਆਥਰ ਕੌਣ ਨੇ ਰਾਜੇ ਲਾਈਟ ਆਫ ਏਸ਼ੀਆ ਦੇ ਆਥਰ ਕੌਣ ਨੇ ਕਾਫੀ ਇੰਪੋਰਟੈਂਟ ਕੁਐਸਚਨ ਹੈ ਲਾਈਟ ਆਫ ਏਸ਼ੀਆ ਵਾਲਾ ਠੀਕ ਹੈ ਪੇਪਰ ਚ 100 101% ਪੇਪਰ ਚ ਆਵੇਗਾ 101% ਪੇਪਰ ਚ ਆਵੇਗਾ ਦਾ ਲਾਈਟ ਆਫ ਏਸ਼ੀਆ ਦੇ ਆਥਰ ਕੌਣ ਨੇ ਦਿਲ ਜਾਨ ਰੱਖ ਲੈਣੀ 5 ਤਰੀਕ ਤੋਂ ਲੈ ਕੇ 14 ਜੁਲਾਈ 5 ਜੁਲਾਈ ਤੋਂ ਲੈ ਕੇ 14 ਜੁਲਾਈ ਤੱਕ ਤੇ ਤੁਸੀਂ ਕਰੰਟ ਅਫੇਅਰ ਪੁਟਿਆਂ ਦੇ ਰੱਟ ਲੋ ਪੇਪਰ ਦੇ ਵਿੱਚ ਹਰ ਪੇਪਰ ਚ ਦੋ ਜਾਂ ਤਿੰਨ ਕਰੰਟ ਅਫੇਅਰ ਆਉਣਗੇ ਠੀਕ ਹੈ ਪੂਰੀ ਆਪਣੀ ਐਗਜ਼ਾਮੀਨੈਸ਼ਨਲ ਗੱਲ ਹੋ ਚੁੱਕੀ ਹੈ ਪੂਰੇ ਤਰੀਕੇ ਨਾਲ ਕਰੰਟ ਅਫੇਅਰ ਆ ਜਾਣਗੇ 5 ਤੋਂ ਕਿੰਨੇ ਤੱਕ ਦੇ 14 ਤੱਕ ਦੇ ਠੀਕ ਹੈ ਜੀ ਜੈ ਰਾਮ ਰਮੇਸ਼ ਬਿਲਕੁਲ ਸਹੀ ਜੀ ਜੈ ਰਾਮ ਰਮੇਸ਼ ਆਥਰ ਸੀ ਦਾ ਲਾਈਟ ਆਫ ਏਸ਼ੀਆ ਦੇ ਠੀਕ ਹੈ ਬਿਲਕੁਲ ਸਹੀ ਹੈ ਜੀ ਜੋ ਇਹ ਹੈਗੇ ਨੇ ਇਹ ਕਿਨੇ ਇਹ ਮੈਂਬਰ ਆਫ ਪਾਰਲੀਮੈਂਟ ਨੇ ਤੁਹਾਨੂੰ ਸਭ ਨੂੰ ਪਤਾ ਹੈ ਮੈਂਬਰ ਆਫ ਪਾਰਲੀਮੈਂਟ ਨੇ ਐਂਡ ਕਾਂਗਰਸ ਦੇ ਲੀਡਰ ਨਹੀਂ ਵੀ ਨੇ ਮੈਂਬਰ ਆਫ ਪਾਰਲੀਮੈਂਟ ਨੇ ਐਮ ਪੀ ਵੀ ਨੇ ਠੀਕ ਹੈ ਜੀ ਐਮ ਪੀ ਵੀ ਨੇ ਐਮ ਪੀ ਵੀ ਨੇ राजे ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਲਾਪ ਕਰੀਏ ਨੈਕਸਟ ਕੁਐਸਚਨ ਦੱਸੋ ਜੀ ਵਿਚ ਸਟੇਟ ਗਵਰਨਮੈਂਟ ਹੈਜ਼ ਪ੍ਰੋਪੋਜ਼ਡ ਟੂ ਹੈਵ ਇਟਸ ਓਨ ਓਨ ਓਵਰ ਦਾ ਟੌਪ ਓਟੀਟੀ ਪਲੇਟਫਾਰਮ OTT ਪਲੇਟਫਾਰਮ ਦਸੋਜੀ OTT ਪਲੇਟਫਾਰਮ ਕਿੰਨਾ ਨੇ ਕੀਤਾ ஆன்ਲਾਈਨ ਕੰਟੈਂਟ ਸਟ੍ਰੀਮਿੰਗ ਸਪੇਸ ਵਿਦ ਕਲਚਰ ਇੰਟਰਵੈਸ਼ਨ ਵਾਸਤੇ ਨਾ ਕਲਚਰ ਵਾਸਤੇ ਕਲਚਰ ਵਾਸਤੇ ਦਾ ਮਾਰਕੀਟ ਨੂੰ ਪ੍ਰਮੋਟ ਕਰਨ ਵਾਸਤੇ ਰੈਵਨਿਊ ਪ੍ਰਮੋਟ ਕਰਨ ਵਾਸਤੇ ਰੈਵਨਿਊ ਪ੍ਰਮੋਟ ਕਰਨ ਵਾਸਤੇ ਮਾਰਕੀਟ ਨੂੰ ਪ੍ਰਮੋਟ ਕਰਨ ਵਾਸਤੇ ਕੇਰਲਾਨ ਕੀਤਾ ਬਿਲਕੁਲ ਸਹੀ ਹੈ ਜੀ ਕੇਰਲਾਨ ਕੀਤਾ ਕੇਰਲਾ ਬਿਲਕੁਲ ਰਾਈਟ ਅਨਸਰ ਹੈ ਜੀ ਇਹ ਰਲਾ ਬਿਲਕੁਲ ਰਾਈਟ ਅਨਸਰ ਹੈ ਨੈਕਸਟ ਕੁਐਸਚਨ ਮੈ ਦੱਸੋ ਜੀ ਤਾਂ 25 ਮੈਂਬਰਾਂ ਦੀ ਜੋ ਟੀਮ ਹੈ 25 ਮੈਂਬਰਸ ਡਿਵੈਲਪਮੈਂਟ ਕਾਉਂਸਲ ਜਿਹੜੀ ਸੈਟ ਅਪ ਕੀਤੀ ਹੈ ਸੈਂਟਰਲ ਗਵਰਨਮੈਂਟ ਨੇ ਫਾਰ ਸੀਮ ਆਫ ਫਾਰ ਦਾ ਸੀਮੈਂਟ ਇੰਡਸਟਰੀ ਸੀਮੈਂਟ ਇੰਡਸਟਰੀ ਦੇ ਉੱਪਰ ਜੋ ਸਰਕਾਰ ਨੇ 25 ਮੰਦਿਆਂ ਦੀ ਟੀਮ 25 ਬੰਦਿਆਂ ਦੀ ਟੀਮ ਬਣਾਈਏ ਉਹਨਾਂ ਦਾ ਹੈੱਡ ਕੌਣ ਹੈ ਉਹਨਾਂ ਨੂੰ ਚੇਅਰ ਕੌਣ ਕਰਦਾ ਪਿਆ ਮੀਨਸ ਉਹਨਾਂ ਦਾ ਹੈੱਡ ਕੌਣ ਹੈ ਠੀਕ ਹੈ ਜੀ ਹੱਡਾਂ ਦੇ ਰੋਲੇ ਆ ਗਏ ਦੱਸੋ ਜੀ ਹੈੱਡ ਕੌਣ ਹੈ ਹੈੱਡ ਕੌਣ ਰਾਜੇ ਹੈੱਡ ਕਾਊਂਟਰ ਜੀ ਹੈੱਡ ਦੱਸ ਦੋ ਹਾਂਜੀ ਕੀ ਆਪਣਾ ਆ ਗਿਆ ਪੁਨੀਤ ਦਾਲਮੀਆਂ ਬਿਲਕੁਲ ਸਹੀ ਰਾਜੇ ਪੁਨੀਤ ਦਾਲਮੀਆਂ ਇਜ਼ ਦਾ ਰਾਈਟ ਆਨਸਰ ਛਾਗੇ ਤੁਹਾਨੂੰ ਕਰੰਟ ਅਫੇਅਰ ਆਉਣ ਲੱਗ ਗਏ ਕਰੰਟ ਅਫੇਅਰ ਪੜ੍ਹਦੇ ਹੋ ਸੀ ਡੇਲੀ ਪੜ੍ਹਦੇ ਹੋ ਬਹੁਤ ਵਧੀਆ ਗੱਲ ਹੈ ਡੇਲੀ ਕਿਤੋਂ ਵੀ ਪੜ੍ਹਦੇ ਹੋ ਇੱਥੇ ਆਣ ਕੇ ਤੁਹਾਡੀ ਰਿਵੀਜ਼ਨ ਹੋ ਜਾਂਦੀ ਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਠੀਕ ਹੈ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਇੱਥੇ ਆਣ ਕੇ ਤੁਹਾਡੀ ਰਿਵੀਜ਼ਨ ਹੋ ਜਾਂਦੀ ਆਣ ਕੇ ਇਹਨਾਂ ਕੁਐਸਚਨਸ ਦੀ ਤੇ ਆਪਣੇ ਕੋਲ ਸਿਰਫ ਇੰਪੋਰਟੈਂਟ ਇੰਪੋਰਟੈਂਟ 10 ਕੁਐਸਚਨ ਹੁੰਦੇ ਨੇ ਇੱਕ ਦਿਨ ਦੇ एक्साइज इंसपैक्टर का जो टॉपर्स बैच जो एक्साइज इंसपैक्टर जिसने अगर कोचिंग लैन बारे सोच लिया सोच रहा तो एक्साइज इंसपैक्टर का टॉपरस बैच चल रहा है ठीक है लास्ट टाइम टॉपर गुरदेव सिंह जी ठीक है राजे तो देख सकते हो दो हज़ार अठारह टॉपर बीसी कैटागरी के जो टॉपर्स बैच चल रहा ऑनलाइन क्लास ने बहुत वीया बैच चल रहा दिलों मेहनत की जा रही है इस बैच के उपर ठीक है जी इस बार फिर टॉपर देवगे राजे चलो नैक्सट क्वेश्चन दसो जी नैक्सट क्वेश्चन की है विच first, uh, first air radio? Air radio कंट्री प्लेस द फर्स्ट फर्स्ट प्लेस इन न्यूज ऑन एयर रेडियो एयर रेडियो लाइव स्ट्रीमिंग ग्लोबल रैंकिंग दसो जी एयर रेडियो लाइव स्ट्रीम ग्लोबल रैंकिंग फर्स्ट प्लेस क्या राजे फर्स्ट प्लेस आप फर्स्ट प्लेस पूछना है न्यूज़ जगह फर्स्ट प्लेस कहते ऑन रेडियो लाइव स्ट्रीमिंग ग्लोबल रैंकिंगटरी पहले नंबर पर आ कैडी कंट्री पहले नंबर थे राजे यूनाइटेड स्टेट्स राजे अगर कोई चाक आ रहा यूनाइटेड स्टेट्स यूनाइटेड स्टेट्स पहले नंबर से यूनाइटेड स्टेट्स ਕੋਈ ਹੋਰ ਲਗਾ ਰਿਹਾ ਤਾਂ ਸਾਰਿਆਂ ਦੀ ਗਲਤ ਹੈ ਯੂਨਾਈਟਿਡ ਸਟੇਟਸ ਫਸਟ ਅਨਸਰ ਹੈ ਯੂਨਾਈਟਿਡ ਸਟੇਟਸ ਪਹਿਲੇ ਤੇ ਯੂਨਾਈਟਿਡ ਸਟੇਟ ਠੀਕ ਹੈ ਪਹਿਲੇ ਤੇ ਕੀ ਹੈਗਾ ਯੂਐਸਏ ਦੂਸਰੇ ਤੇ ਕੀ ਹੈਗਾ ਦੂਸਰੇ ਤੇ ਹੈਗਾ ਫਿਜੀ ਦੂਸਰੇ ਤੇ ਫਿਜੀ ਹੈ ਤੀਸਰੇ ਤੇ ਹੈਗਾ ਆਸਟ੍ਰੇਲੀਆ ਤੀ ਤੀਸਰੇ ਤੇ ਆਸਟ੍ਰੇਲੀਆ ਚੌਥੇ ਤੇ ਯੂਕੇ ਆ ਯਾਦ ਰੱਖ ਲੋ ਚੌਥੇ ਤੇ ਕਿਹੜਾ ਹੈਗਾ ਚੌਥੇ ਤੇ ਯੂਕੇ ਹੈਗਾ ਇਸ ਪੰਜਵੇਂ ਤੇ ਹੈਗਾ ਆਪਣੇ ਕੋਲ ਕੈਨੇਡਾ ਪੰਜਵੇਂ ਤੇ ਕੈਨੇਡਾ ਯੂਐਸਏ ਫਿਜੀ ਆਸਟ੍ਰੇਲੀਆ ਯੂਕੇ ਕੈਨੇਡਾ ਅਗਰ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੋਵੇ ਇਸ ਕੁਐਸਚਨ ਦੇ ਵਿੱਚ ਤਾਂ ਆ ਰੈਂਕਿੰਗ ਜਰੂਰ ਚੈੱਕ ਕਰ ਲੈਣੀ ਸਾਰਿਆਂ ਦੇ ਆਨਸਰ ਤੁਹਾਡੇ ਗਲਤ ਸੀਗੇ ਪਰ ਰੈਂਕਿੰਗ ਜਰੂਰ ਕਰ ਲੈਣੀ ਫਸਤੇ ਯੂਐਸਏ ਆ ਠੀਕ ਹੈ ਜੀ ਦੂਸਰੇ ਤੇ ਫਿਜੀ ਤੀਜੇ ਤੇ ਆਸਟ੍ਰੇਲੀਆ ਚੌਥੇ ਤੇ ਯੂਨਾਈਟਿਡ ਕਿੰਗਡਮ ਪੰਜਵੇਂ ਤੇ ਕੈਨੇਡਾ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਵੱਲ ਵਧਦੇ ਆਪਾਂ ਨੈਕਸਟ ਕੁਐਸਚਨ ਕੀ ਹੈ ਦਸੋ ਰਾਜੇ ਨੈਕਸਟ ਕੁਐਸਚਨ ਦਾ ਗਵਰਨਮੈਂਟ ਆਫ ਇੰਡੀਆ ਹੈਜ਼ ਡਿਸਾਈਡਡ ਟੂ ਬ੍ਰਿੰਗ ਡਿਪਾਰਟਮੈਂਟ ਆਫ ਪਬਲਿਕ ਐਂਟਰਪ੍ਰਾਈਜ਼ ਡਿਪਾਰਟਮੈਂਟ ਕਾਤੇ ਬਣਾ ਰਿਹਾ ਹੈ ਡਿਪਾਰਟਮੈਂਟ ਆਫ ਪਬਲਿਕ ਐਂਟਰਪ੍ਰਾਈਜ਼ ਅੰਡਰ ਵਿਚ ਮਿਨਿਸਟਰੀ ਦੱਸੋ ਜੀ ਕਿਹੜੀ ਮਿਨਿਸਟਰੀ ਦੇ ਕਿਹੜੀ ਮਿਨਿਸਟਰੀ ਤੋਂ ਕਿਹੜੀ ਮਿਨਿਸਟਰੀ ਦੇ ਦੁਆਰਾ ਕੀ ਹੈ ਬਣਾ ਕੇ ਬਣਾਇਆ ਜਾ ਰਿਹਾ ਹੈ ਡਿਪਾਰਟਮੈਂਟ ਆਫ ਪਬਲਿਕ ਐਂਟਰਪ੍ਰਾਈਜ਼ ਦੱਸੋ ਜੀ ਕਿਹੜੀ ਮਿਨਿਸਟਰੀ ਦੇ ਦੁਆਰਾ ਬਣਾਇਆ ਜਾ ਰਿਹਾ ਹੈ ਮਿਨਿਸਟਰੀ ਆਫ ਫਾਈਨਾਂਸ ਦੇ ਦੁਆਰਾ ਮਿਨਿਸਟਰੀ ਆਫ ਫਾਈਨਾਂਸ ਦੇ ਦੁਆਰਾ ਦੇਵੀ ਦੇਵੀ ਦੇਵਿਓ ਸਹੀ ਆਨਸਰ ਦਿਆ ਕਰੋ ਮਿਨਿਸਟਰੀ ਆਫ ਫਾਈਨਾਂਸ ਦੇ ਦੁਆਰਾ ਹੈਗਾ ਮਿਨਿਸਟਰੀ ਆਫ ਫਾਈਨਾਂਸ ਮਿਨਿਸਟਰੀ ਆਫ ਫਾਈਨਾਂਸ ਜਿਹੜਾ ਹੈਗਾ ਹੁਣ 6 ਡਿਪਾਰਟਮੈਂਟਸ ਦਾ ਇੱਕ ਬਣ ਗਿਆ ਹੈਗਾ 6 ਡਿਪਾਰਟਮੈਂਟਸ ਦਾ ਬਣ ਗਿਆ ਹੈ ਫਾਈਨਾਂਸ ਮਿਨਿਸਟਰੀ 6 ਡਿਪਾਰਟਮੈਂਟਸ ਦੀ ਬਣ ਗਈ ਹੈਗੀ ਹੈ ਕਿਹੜੀ ਕਿਹੜੀ ਇਕਨੋਮਿਕ ਅਫੇਅਰਸ ਦੀ ਬਾਅਦ ਜਾਸਨਾ ਇਕਨੋਮਿਕ ਅਫੇਅਰਸ エコノミック अफेयर्स गी थी ठीक है दूसरी अपन गल कर दिए ਤੁਹਾਡੇ ਅਨਸਰ ਆ ਰਹੇ ਨੇ ਦੂਸਰੀ ਗੱਲ ਐਂਟ ਜਿਹੜੇ ਐਂਟਰ ਐਕਸਪੈਂਡੀਚਰ ਐਕਸਪੈਂਡੀਚਰ ਦੀ ਐਕਸਪੈਂਡੀਚਰ ਦੀ ਬਣ ਗਈ ਹੈਗੀ ਰੈਵਨਿਊ ਦੀ ਬਣ ਗਈ ਹੈਗੀ ਐਕਸਪੈਂਡੀਚਰ ਦੀ ਬਣ ਗਈ ਹੈਗੀ ਇਹ ਤੀਜਾ ਠੀਕ ਹੈ ਰੈਵਨਿਊ ਦੀ ਬਣ ਗਈ ਹੈਗੀ ਚੌਥਾ ਚੌਥੀ ਕਿਸ ਚੀ ਦੀ ਬਣ ਗਈ ਹੈਗੀ ਇਹ ਇਨਵੈਸਟਮੈਂਟ ਐਂਡ ਪਬਲਿਕ ਅਸੈਸਮੈਂਟ पब्लिक असेस मैनेजमेंट ठीक है जी इनवैसमेंट के तौर इनवैसटमेंट एंड याद रखना चाहना इनवैसटमेंट एंड पब्लिक एसिड मैनेजमेंट ठीक है जिस इस अलावा फाइनास डिपार्टमेंट ऑफ द फाइनांस सर्विसेज़, डिपार्टमेंट ऑफ द फाइनांस सर्विसेज़ पांच ये हो गए छेवें डिपार्टमेंट बन गया डिपार्टमेंट ऑफ द पब्लिक एंटरप्राइज छे डिपार्टमेंट्स दंडर आ गए केंद्र अंडर आ गए मिनिस्टरी ऑफ ਫਾਈਨਾਂਸ ਡਿਨ ਡਰਾਗੇ ਮਿਨਿਸਟਰ ਆਫ ਫਾਈਨਾਂਸ ਡਿਨ ਡਰਾਗੇ ਰਾਜੇ ਠੀਕ ਹੈ ਜੀ ਤਾਂ ਸੀ ਆਪਸ਼ਨ ਆਵੇਗਾ ਸੀ ਆਪਸ਼ਨ ਇਸ ਦਾ ਰਾਈਟ ਅਨਸਰ ਚਲੋ ਜੀ ਨੈਕਸਟ ਕੁਐਸਚਨ ਦੱਸੋ ਜੀ Amazon ਨੇ ਆਪਣਾ ਫਰਸਟ ਜੋ ਡਿਜੀਟਲ ਕੇਂਦਰ ਡਿਜੀਟਲ ਕੇਂਦਰ ਕਿਹੜੀ ਸਿਟੀ ਦੇ ਵਿੱਚ ਖੋਲਿਆ Amazon ਨੇ ਆਪਣਾ ਫਰਸਟ ਡਿਜੀਟਲ ਕੇਂਦਰ ਕਿਹੜੀ ਸਿਟੀ ਚ ਖੋਲਿਆ ਅਹਮਦਾਬਾਦ ਲਖਨਊ ਨਵੀਂ ਦਿੱਲੀ ਮੁੰਬਈ ਸੂਰਤ ਕਾਫੀ ਇੰਪੋਰਟੈਂਟ ਕੁਐਸਚਨ ਆਜੇ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ दसो so <laughs> जी एमेजॉन हैज़ लॉन्च इज़ द फर्स्ट डिजिटल केंद्र इन विच सिटी ऑफ इंडिया अहमदाबाद लखनऊ न्यू डेली मुंबई एंड सूरत बिल्कुल सही है जी सूरत बच्चे खोलिया ਠੀਕ ਹੈ ਜੀ ਵਿਜ਼ਿਟ ਉਪਾਨੀ ਜੋ ਕੀ ਹੈ ਗੁਜਰਾਤ ਦੀ ਸੀਐਮ ਵਿਜ਼ਿਟ ਆਨੀ ਨੇ ਜਿਹੜਾ ਉਦਘਾਟਨ ਕੀਤਾ ਠੀਕ ਹੈ ਜੀ ਜੋ ਐਮਾਜ਼ਨ ਹੈਗਾ ਹੈ ਐਮਐਸਓ ਐਮਾਜ਼ਨ ਜਿਹੜਾ ਹੈਗਾ ਐਮਐਸਐਮਈ ਐਮਐਸਐਮਈ ਦੇ ਵਿੱਚ ਓਪਰਚ्युनिटीज ਪ੍ਰੋਵਾਈਡ ਕਰੇਗਾ ਤੇ ਈ-ਕਮਰਸ ਦੇ ਵਿੱਚ ਵੀ ਓਪਰਚਨਸ ਈ-ਕਮਰਸ ਚ ਓਪਰਚਨਿਟੀਜ਼ ਪ੍ਰੋਵਾਈਡ ਕਰੇਗਾ ਠੀਕ ਹੈ ਰਾਜੇ ਈ-ਕਮਰਸ ਚ ਓਪਰਚਨਿਟੀ অপরচুনিটিস ਪਰ ਅਰਵਾਈਡ ਕਰੇਗਾ ਠੀਕ ਹੈ ਜੀ ਐਂਡ ਵਿਜੇ ਰੁਪਾਨੀ ਦੁਆਰਾ ਇਸ ਦਾ ਕਹਿ ਲੋ ਵੀ ਇਸ ਦਾ ਹੈਡ ਇਸ ਦਾ ਉਦਘਾਟਨ ਕੀਤਾ ਗਿਆ ਠੀਕ ਹੈ ਜੀ ਰੁਪਾਨੀ ਦੁਆਰਾ ਯਾਦ ਰੱਖਣਾ ਵਿਜੇ ਰੁਪਾਨੀ ਵਿਜੇ ਰੁਪਾਨੀ ਜੋ ਕਿ ਇਹ গুজਰਾ ਸੀਏ গুজরাট ਦੀ ਸੀਐਮ ਇਹਨਾਂ ਦੁਆਰਾ ਇਹਦਾ ਉਦਘਾਟਨ ਕੀਤਾ ਗਿਆ ਚਲੋ ਨੈਕਸਟ ਕੁਐਸਚਨ ਵੱਧਦੇ ਹਾਂ ਜੀ ਕੁਐਸਚਨ ਬਹੁਤ ਇੰਪੋਰਟੈਂਟ ਹੈ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਦੋਸਤੋ ਜੀ Recently, the government reallocated uh, re re the departments of public enterprise. The finance ministry from the ministry of heavy industry uh, prior to this ministry of finance is how many departments? the ke छे डिपार्टमेंट्स बने छक्का बिल्कुल सही छे डिपार्टमेंट बने ने ठीक है जी छे डिपार्टमेंट बने ने ठीक है जी तो प्रायर जो पहला डिपार्टमेंट पूछ लेना पैल्ला याद रखना पहला पहला पांच से ना कितने आ गए नौ आ गए छे नौ आ गए छे नौ छे आ गए ठीक है जी चलो ਪਹਿਲਾਂ 5 ਸੀਗੇ ਹੁਣ ਕਿੰਨੇ ਨੇ 6 ਆ ਗਏ ਯਾਦ ਰੱਖਣਾ ਨੈਕਸਟ ਦੱਸੋ ਜੀ ਨੈਕਸਟ ਕੀ ਹੈਗਾ ਰੀਸੈਂਟਲੀ ਦਾ ਕੈਬਨਟ ਅਪਰੂਵਡ ਅ ਪੈਕੇਜ ਅ ਪੈਕੇਜ ਕਿੰਨਾ ਕੀਤਾ ਹਾਊ ਮੱਚ ਕਰੋੜ ਕਿੰਨੇ ਕਰੋੜ ਰੁਪਿਆ ਕੀਤਾ ਕਿੰਨੇ ਕਰੋੜ ਰੁਪਿਆ ਅਨਾਉਂਸ ਕੀਤਾ ਹੈਗਾ ਅਪਰੂਵ ਕੀਤਾ ਹੈਗਾ ਐਮਰਜੈਂਸੀ ਹੈਲਥ ਇਨ ਇਨਫਰਾਸਟ੍ਰਕਚਰ ਤੇ ਐਮਰਜੈਂਸੀ ਹੈਲਥ ਇਨਫਰਾਸਟ੍ਰਕਚਰ ਤੇ ਕਿੰਨੇ ਰੁਪਏ ਅਨਾਉਂਸ ਕੀਤੇ ਨੇ ਕਿੰਨੇ ਰੁਪਏ ਅਨਾਉਂਸ ਕੀਤੇ ਨੇ ਰਾਜੇ ਨਰਿੰਦਰ ਮੋਦੀ ਨੇ ਕੋਵਿਡ ਦੇ ਅੰਦਰ ਕੋਵਿਡ ਦੇ ਅੰਦਰ ਜੋ ਹੈਲਥ ਪੈਕੇजेस ਦਿੱਤੇ ਨੇ ਕਿੰਨੇ ਰੁਪਏ ਵੈਕਸਿਨ ਜਲਾਉਣੀ ਜ਼ਰੂਰੀ ਹੈ ਬਿਲਕੁਲ ਜੀ ਵੈਕਸਿਨ ਲਵਾ ਲਓ ਲਾਉਣੀ ਜ਼ਰੂਰੀ ਹੈ ਵੈਕਸਿਨ ਲਗਾ ਲਓ ਤੁਸੀਂ ਕੋਈ ਪਤਾ ਨਹੀਂ ਕਿਹੜਾ ਡਿਪਾਰਟਮੈਂਟ ਕਦੋਂ ਕਹਿ ਦੇ ਹਾਂ ਵੀ ਦਿਓ ਸਰਟੀਫਿਕੇਟ ਨਹੀਂ ਤਾਂ ਇੱਥੇ ਹੀ ਟਿੱਕਾ ਲਵਾਉਣਾ ਤੁਹਾਨੂੰ 23123 ਯਾਦ ਰੱਖਣਾ 23123 23123 ਕਰੋੜ ਰੁਪਏ ਇਹਨਾਂ ਨੂੰ ਦਿੱਤਾ ਗਿਆ 23123 ਕਰੋੜ ਰੁਪਏ ਦਿੱਤਾ ਗਿਆ ਜਿਹੜੀ ਐਮਰਜੈਂਸੀ ਹੈਲਥ ਇਨਫਰਾਸਟ੍ਰਕਚਰ ਦੇ ਉੱਪਰ 23 ਇੱਕ 23 ਏ ਆਪਸ਼ਨ ਆਵੇਗਾ ਰਾਜੇ ਏ ਆਪਸ਼ਨ ਆਵੇਗਾ ਏ ਆਪਸ਼ਨ ਏ ਆਪਸ਼ਨ ਆਵੇਗਾ 23 ਇੱਕ 23 ਏ ਆਪਸ਼ਨ ਆਵੇਗਾ ਨੈਕਸਟ ਕੁਐਸਚਨ ਦੱਸੋ ਜੀ ਵਿਚ ਪੋਰਟਫੋਲੀਓ ਐਜ਼ ਦਾ ਨਿਊ ਕੈਬਨਟ ਮਿਸਟਰ ਅਨਰਾਗ ਠਾਕੁਰ ਸੀ ਦਾ ਰੀਸੈਂਟਲੀ ਸ਼ਫਲਿੰਗ ਦਾ ਮਿਨਿਸਟਰਸ ਮਿਨਿਸਟਰਸ ਦੱਸੋ ਜੀ ਤਾਂ ਜਿਹੜਾ ਹੈਗਾ ਅਨੁਰਾਗ ਠਾਕਰ ਨੂੰ ਹਾਲ ਵਿੱਚ ਹੋਇਆ ਜੋ ਮੰਤਰਾਲਿਆਂ ਵਿੱਚ ਜੋ ਮਿਨਿਸਟਰੀ ਦੇ ਵਿੱਚ ਫੇਰ ਬਦਲ ਹੋਇਆ ਤਾਂ ਉਹਨੂੰ ਕਿਹੜਾ ਕਿਹੜਾ ਉਹਨੂੰ ਪੋਰਟਫੋਲੀਓ ਮਿਲਿਆ ਕਿਹੜਾ ਪੋਰਟਫੋਲੀਓ ਮਿਲਿਆ ਰਾਜੇ ਪੋਰਟਫੋਲੀਓ ਮਤਲਬ ਹੈਗਾ ਕਿਹੜੀ ਉਹਨੂੰ ਮਿਨਿਸਟਰੀ ਮਿਲੀ ਕਿਹੜਾ ਉਹਨੂੰ ਅਹੁਦਾ ਮਿਲਿਆ ਕਿਸ ਚੀਜ਼ ਦਾ ਉਹ ਮਿਨਿਸਟਰ ਬਣਾਇਆ ਗਿਆ ਕਿਸ ਚੀਜ਼ ਦਾ ਮਿਨਿਸਟਰ ਬਣਾਇਆ ਗਿਆ ਰਾਜੇ ਕਿਸ ਚੀਜ਼ ਦਾ ਮਿਨਿਸਟਰ ਬਣਾਇਆ ਗਿਆ बिल्कुल सही है जी मिनिस्ट्री ऑफ इन्फॉर्मेन एंड ब्रॉडकास्ट ठीक है जी प्लस होर किस चीज का वो है यूथ यूथ का मिनिस्टर भी राज जे गल याद रखनी यूथ अफेयरस यूथ अफेयरस एंड स्पोर्ट्स का भी मिनिस्टर यूथ अफेयर यूथ अफेयर एंड स्पोर्ट्स का भी मिनिस्टर है जे स्पोर्ट्स का मिनिस्टर है गल याद रखनी स्पोर्ट्स का मिनिस्टर है, मिनिस्टर है यूथ अफेयर एंड स्पोर्ट्स का मिनिस्टर हैगा राजे तो अनुराग ठाकर जी ठीक है जी अनुराग ठाकर जी बने ने चलो जाएगी जाइए नेक्स्ट क्वेश्चन की है नवा अपना मिनिस्टर जो है डिफेंस मिनिस्टर कौन बने डिफेंस किस को चला गया रक्षा मंत्रालय डिफेंस किस को चला गया डिफेंस डिफेंस किस को चला गया ਸਟੇਟ ਮਿਨਿਸਟਰ ਆਫ ਸਟੇਟ ਸਟੇਟ ਵਿੱਚ ਗਿਆਰਾ ਜੇ ਇੱਕ ਇਹਨਾਂ ਇਹਨਾਂ ਕੋਲ ਨਾ ਟੂਰਿਜ਼ਮ 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 ਦਾ ਅਹੁਦਾ ਹੈਗਾ ਜਿਆਦਾ ਰੱਖਣਾ ਟੂਰਿਜ਼ਮ ਦਾ ਵੀ ਅਹੁਦਾ ਹੈਗਾ ਟੂਰਿਜ਼ਮ ਦਾ ਵੀ ਡਿਫੈਂਸ ਦੇ ਨਾਲ ਟੂਰਿਜ਼ਮ ਦਾ ਵੀ ਅਹੁਦਾ ਹੈਗਾ ਇਹਨਾਂ ਕੋਲ ਤਾਂ ਕਿਹੜਾ ਅਜੇ ਪੱਟ ਅਜੇ ਪੱਟ ਚ ਬਿਲਕੁਲ ਸਹੀ ਹੈ ਜੀ ਅਜੇ ਪੱਟ ਜੀ ਨੂੰ ਕੀ ਬਣਾਇਆ ਗਿਆ ਹੈ ਸਟੇਟ ਦਾ ਡਿਫੈਂਸ ਮਿਨਿਸਟਰ ਨਾਲੇ ਕੀ ਬਣਾਇਆ ਗਿਆ ਹੈ ਟੂਰਿਜ਼ਮ ਮਿਨਿਸਟਰ ਠੀਕ ਹੈ ਜੀ ਦੋ ਮਿਨਿਸਟਰੀਆਂ ਦਿੱਤੀਆਂ ਗਈਆਂ ਨੇ ਰਾਜ ਮੰਤਰੀ ਬਣਾਇਆ ਗਿਆ ਕਿਉਂਕਿ ਮਿਨਿਸਟਰ ਆਪਣੇ ਰੱਖਿਆ ਮੰਤਰੀ ਦਾ ਰਾਜਨਾਥ ਸਿੰਘ ਤੁਹਾਨੂੰ ਸਭ ਨੂੰ ਪਤਾ ਰਾਜਨਾਥ ਸਿੰਘ ਜੀ ਨੇ ਉਹ ਰੱਖਿਆ ਮੰਤਰੀ ਦਾ ਰਾਜਨਾਥ ਸਿੰਘ ਜੀ ਨੇ ਠੀਕ ਹੈ ਜੀ ਮੇਨ ਜੋ ਰੱਖਿਆ ਮੰਤਰੀ ਨੇ ਉਹ ਰਾਜਨਾਥ ਸਿੰਘ ਠੀਕ ਹੈ ਜੀ ਚਲੋ ਤਾਂ ਹੈਲਥ ਮਿਨਿਸਟਰ ਕੌਣ ਰਾਜੇ ਹੈਲਥ ਮਿਨਿਸਟਰ ਤੇ ਗੱਲਾਂ ਆ ਗਈਆਂ ਹੈਲਥ ਮਿਨਿਸਟਰ ਕੌਣ ਨੇ ਆਪਣੇ ਨਵੀਂ ਨਵੀਂ ਹੈਲਥ ਕੌਣ ਦੇਖਣ ਕਰਨੀ ਹੈ ਆਪਣੇ ਡਾਕਟਰ ਹਰਸ਼ਵਰਧਨ ਵਰਧਨ ਦੀ ਥਾਂ ਲੈਣਗੇ ਹਰਸ਼ਵਰਧਨ ਦੀ ਥਾਂ ਲੈਣਗੇ ਰਾਜੇ ਹਰਸ਼ਵਰਧਨ ਜੀ ਨੇ ਬਹੁਤ ਸੇਵਾ ਕੀਤੀ ਹੈ ਹੈਲਥ ਮਿਨਿਸਟਰੀ ਦੇ ਉੱਪਰ ਹੁਣ ਹਰਸ਼ਵਰਧਨ ਜੀ ਦੀ ਥਾਂ ਲੈਣਗੇ ਕੌਣ ਲੈਣਗੇ ਦੱਸ ਸਕਦੇ ਹੋ ਪੁੱਤਾਂ ਮਨਸੁਖ ਮੰਡਵਿਆ ਮਨਸੁਖ ਮੰਡਵਿਆ ਜਗ੍ਹਾ ਲੈਣਗੇ ਰਾਜੇ ਮਨਸੁਖ ਮੰਡਵਿਆ ਯਾਦ ਰੱਖਣਾ ਮਨਸੁਖ ਮੰਡਵਿਆ ਜਗ੍ਹਾ ਲੈਣਗੇ ਠੀਕ ਹੈ ਜੀ ਕੋਈ ਮਰਜ਼ੀ ਆਪਸ਼ਨ ਲਾ ਲਓ ਮੈਂ ਦੋਨੋਂ ਆਪਸ਼ਨ ਸੇਮ ਹੀ ਨੇ सी से, ला लो भावें ला लो दोनों ऑप्शन से सेम ही राज नहीं अजय नहीं हो अजय अजय नहीं होए फॉर्म अजय स्टार्ट नहीं हो फॉर्म अजय स्टार्ट नहीं होए लॉ मिनिस्टर कौन राजे जे लॉ मिनिस्टर नवे लॉ मंत्री कानून मंत्री कौन ने रन रेजू किन रायजू ठीक है जी अकाउंट मिनिस्टर लॉ मिनिस्टर बनाए गए हैं ठीक है चलो नेक्स्ट क्वेश्चन तो सिविल एविएशन मिनिस्टर कौन ने नवे सिविल एविएशन मिनिस्टर दस बच्चा सिविल एविएशन मिनिस्टर कौन ने काफी इंपोर्टेंट क्वेश्चन है सिविल एविएशन मिनिस्टर अपने काफी इंपोर्टेंट क्वेश्चन राज्य अपना सिविल एविएशन मिनिस्टर कौन ने ਯੋਤੀ ਦਿੱਤਿਆ ਸਿੰਧਿਆ ਯੋਤੀ ਦਿੱਤਿਆ ਸਿੰਧਿਆ ਕੀ ਨੇ ਨਵੇਂ ਸਿਵਲ ਐਵੀਏਸ਼ਨ ਮਿਸਟਰ ਸਿਵਲ ਐਵੀਏਸ਼ਨ ਮਿਸਟਰ ਨੇ ਠੀਕ ਹੈ ਜੀ ਜਾਜਾਂ ਟਾਊਨ ਕਰਨੀ ਹੋਣ ਠੀਕ ਹੈ ਸਿਵਲ ਐਵੀਏਸ਼ਨ ਮਿਸਟਰ ਬਣਾਇਆ ਗਿਆ ਬਿਲਕੁਲ ਸਹੀ ਰਾਜੇ ਹਾਂਜੀ ਨੈਕਸਟ ਕੀ ਹੈ ਆਪਣਾ ਦਲ ਚੀਫ ਆਪਣਾ ਦਲ ਚੀਫ ਦੇ ਕੌਣ ਸੀ ਅਨੁਪ੍ਰਿਆ ਸਿੰਘ ਪਟੇਲ ਅਨੁਪ ਸਿੰਘ ਅਨੁਪ੍ਰਿਆ ਸਿੰਘ ਪਟੇਲ ਨੂੰ ਕਿਹੜੀ ਮਿਨਿਸਟਰੀ ਦਿੱਤੀ ਗਈ ਹੈ ਕਿਹੜਾ ਪੋਰਟਫੋਲੀਓ ਦਿੱਤਾ ਗਿਆ ਮੀਨਸ ਕਿਹੜਾ ਅਹੁਦਾ ਦਿੱਤਾ ਗਿਆ ਹੈ ਅਨੁਪ੍ਰਿਆ ਸਿੰਘ ਪਟੇਲ ਨੂੰ ਅਨੁਪ੍ਰਿਆ ਸਿੰਘ ਪਟੇਲ ਨੂੰ ਪਟੇਲ ਨੂੰ ਕਿਹੜਾ ਉਹਦਾ ਦਿੱਤਾ ਗਿਆ ਹਾਂਜੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸੈਸ਼ਨ ਨੂੰ ਸ਼ੇਅਰ ਕਰ ਦਿਓ ਕਮਰਸ਼ਲ ਇੰਡਸਟਰੀ ਦਿੱਤਾ ਗਿਆ ਬਿਲਕੁਲ ਸਹੀ ਜੀ ਕਮਰਸ ਐਂਡ ਇੰਡਸਟਰੀ ਦਿੱਤਾ ਗਿਆ ਜੀ ਕਮਰਸ ਐਂਡ ਇੰਡਸਟਰੀ ਦਿੱਤਾ ਗਿਆ ਯਾਦ ਰੱਖਣਾ ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ ਦਿੱਤਾ ਗਿਆ ਹੈ ਅਨੁਪ੍ਰਿਆ ਸਿੰਘ ਪਟੇਲ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ ਭਾਜਪਾ ਦੇ ਅਲਾਈ ਨੇ ਆਪਣਾ ਦਲ ਠੀਕ ਹੈ ਜੀ ਆਪਣਾ ਦਲ ਭਾਜਪਾ ਦੇ ਅਲਾਈ ਨੇ ਤਾਂ ਉਹਨਾਂ ਨੂੰ ਇਹ ਉਧਰ ਦਿੱਤਾ ਗਿਆ ਬਿਲਕੁਲ ਸਹੀ ਹੈ ਜੀ ਚਲੋ ਨੈਕਸਟ ਕੁਐਸਚਨ ਕੀ ਹੈ ਜੀ ਵਿਚ ਸਟੇਟ ਹੈਜ਼ ਅਪਰੂਵਡ ਫਾਈਵ ਮੇਜਰ ਸਟੀਲ ਮੇਕਿੰਗ ਪ੍ਰੋਜੈਕਟ ਤਾਂ 1.46 ਲੱਖ ਕਰੋੜ 1.46 ਲੱਖ ਕਰੋੜ ਦਾ ਜੋ पांच मेजर स्टील प्रोजेक्ट ने और किस स्टेट ने अप्रूव किए कि स्टेट ने अप्रूव किए उड़ीसा ने किए तेलंगाना ने, ने किए मध्य प्रदेश महाराष्ट्र जहाँ असाम कि स्टेट ने किताजे स्टेट ने किए उड़ीसा ने कि ने बिल्कुल सही जी उड़ीसा ने पांच स्टील दे जो प्लांट लगा लगे उड़ीसा उड़ीसा ने स्टील हब हाँ, उड़ीसा दो हजार तेई तक की बन जाएगा स्टील हब ऑफ द इंडिया याद रखना हाँ तो, तक, स्टील हब ऑफ द इंडिया दो हजार दो हजार ती दो हजार तीह तक सॉरी दो हजार तीह तक की बन जाएगा उड़ीसा स्टील हब ऑफ द इंडिया स्टील हब ऑफ द इंडिया की बन जाएगा अपना स्टील हब ऑफ द इंडिया बन जाएगा उड़ीसा ठीक है जी दो हजार तीह तक विजन लैके चले दो हजार तीह तक बन जाएगा ठीक है जी ਵਿਜਨ ਲੈ ਕੇ ਚੱਲੇ ਨੇ ਨਵੀਨ ਨਵੀਨ ਪਟਨਾਇਕ ਸੀਐਮ ਨੇ ਓਡੀਸ਼ਾ ਦੇ ਜਿਨ੍ਹਾਂ ਦਾ ਵਿਜਨ ਬਹੁਤ ਸਾਫ਼ ਹੈ ਬਹੁਤ ਵਧੀਆ ਕੰਮ ਕਰਦੇ ਨੇ ਬਹੁਤ ਵਧੀਆ ਗੱਲ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਵੱਧਦੇ ਆ ਨੈਕਸਟ ਕੁਐਸਚਨ ਕੀ ਹੈ ਜੀ ਨੇਮ ਦਾ ਕੰਟਰੀ ਥੈਟ ਰੀਸੈਂਟਲੀ ਸਾਈਨ ਐਨ ਐਮਓਯੂ ਵਿਦ ਇੰਡੀਆ ਫਾਰ ਕੋਰਪਰੇਸ਼ਨ ਇਨ ਫੀਲਡ ਆਫ ਗਵਰਨੈਂਸ ਪਰਸਨਲ एडमिनिस्ट्रेशन ठीक है जी दसो जी प्रशासन ਦੇ ਖੇਤਰ ਵਿੱਚ ਪ੍ਰਸ਼ਾਸਨਿਕ ਖੇਤਰ ਵਿੱਚ ਜੋ ਇੱਕ ਸਮਝੌਤੇ ਕਰਦੇ ਨੇ ਪ੍ਰਸ਼ਾਸਨਿਕ ਖੇਤਰ ਵਿੱਚ ਸਮਝੌਤੇ ਕਰਨੇ ਸੰਯੋਗ ਕਰਨੇ ਨੇ ਤਾਂ ਉਸ ਦੇ ਵਿੱਚ ਦੱਸਦਾ ਤੂ ਬੱਚਾ ਟਾਫੀ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਮੈਨੂੰ ਦੱਸ ਦੋ ਜੀ ਮੈਨੂੰ ਯੂਕੇ ਨਹੀਂ ਲੱਗਦਾ ਯਾਰ ਯੂਕੇ ਨਹੀਂ ਲੱਗਦਾ ਤੁਸੀਂ ਯੂਕੇ ਲਾ ਰਹੇ ਹੋ ਯੂਕੇ ਨਹੀਂ ਲੱਗਦਾ ਮੈਨੂੰ ਯੂਕੇ ਨਹੀਂ ਹੈਗਾ ਆਨਸਰ ਗਲਤ ਲਾ ਰਹੇ ਹੋ ਅਨਸਰ ਆਵੇਗਾ ਸੀ ਗੈਂਬੀਆ ਗੈਂਬੀਆ ਦੇ ਨਾਲ ਸਮਝੌਤਾ ਕੀਤਾ ਰਾਜੇ ਸੀ ਅਨਸਰ ਆਵੇਗਾ ਠੀਕ ਹੈ ਜੀ ਗੈਂਬੀਆ ਦੇ ਨਾਲ ਸਮਝੌਤਾ ਕੀਤਾ ਹਾਂਜੀ ਨੈਕਸਟ ਕੁਐਸਚਨ ਦੱਸੋ ਜੀ ਸ਼ਾਮ ਸ਼੍ਰੀ ਨਿਵਾਸਨ ਸ਼ਾਮ ਸ਼੍ਰੀ ਨਿਵਾਸਨ ਜੀ ਉਹ ਕਿਨੇ ਹੈਜ਼ ਬੀਨ ਅਪੋਇੰਟਡ ਐਮ ਡੀ ਐਂਡ ਸੀਈਓ ਸ਼ਾਮ ਸ਼ੀਰੀ ਨਿਵਾਸਨ ਕਿਸ ਬੈਂਕ ਦੇ ਐਮਡੀ ਐਂਡ ਸੀਈਓ ਬਣ ਗਏ ਨੇ ਕਿਸ ਬੈਂਕ ਦੇ ਉਹ ਐਮਡੀ ਐਂਡ ਸੀਈਓ ਬਣ ਗਏ ਨੇ ਸ਼ਾਮ ਸ਼ੀਰੀ ਨਿਵਾਸਨ ਕੋਈ ਦੱਸ ਸਕਦਾ ਬੱਚਾ ਕਾਫੀ ਇੰਪੋਰਟੈਂਟ ਕੁਐਸਚਨ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਕਿਹੜੇ ਬੈਂਕ ਦੇ ਬਣਾ ਦੋਗੇ ਬਹੁਤ ਵਧੀਆ ਦਾ ਬੈਂਕ ਕੱਢੋ ਗਈ ਫੈਡਰਲ ਬੈਂਕ ਦੇ ਬਣਾਓਗੇ ਫੈਡਰਲ ਬੈਂਕ ਕੇਰਲਾ ਜ ਹੈਡਕੁਆਟਰਿੰਗ ਦਾ ਨਾ ਕੋਚੀ ਕੇਰਲਾ ਕੇਰਲਾ ਕੋਚ ਬਿਲਕੁਲ ਸਹੀ ਫੈਡਰਲ ਬੈਂਕ ਦੇ ਹੈਡ ਬਣ ਗਏ ਬਿਲਕੁਲ ਸਹੀ ਰਾਜੇ ਨੈਕਸਟ ਕੁਐਸਚਨ ਹੂ ਹੈਜ਼ ਬੀਨ ਬਿਕਮ ਦਾ ਫਰਸਟ ਆਸਟ੍ਰੇਲੀਅਨ ਔਮਨ ਟੂ ਵਿਨ ਵਰਲਡ ਵਿੰਟਰ ਵਰਮਿਲਟਨ ਸਿੰਗਲਸ ਟਾਈਟਲ ਦੱਸੋ ਜੀ ਤਾਂ ਵਰਮਿਲਟਨ ਜੋ ਸਿੰਗਲਸ ਟਾਈਟਲ ਕਿਸ ਲੇਡੀ ਨੇ ਜਿੱਤਿਆ ਕਿਸ ਪਲੇਅਰ ਨੇ ਜਿੱਤਿਆ ਕਿਉਂਕਿ ਸ਼੍ਰੀ ਨਿਵਾਸਨ ਨੂੰ ਨਾ ਬਿਜ਼ਨਸ ਸਟੈਂਡਰਡ ਬੈਂਕਰ ਦਾ ਅਵਾਰਡ ਵੀ ਮਿਲਿਆ ਯਾਦ ਰੱਖਣਾ ਬਿਜ਼ਨਸ ਸਟੈਂਡਰਡ ਬੈਂਕਰ 2020 ਦੇ ਵਿੱਚ ਦੀ 2020 ਦਾ ਬਿਜ਼ਨਸ ਸਟੈਂਡਰਡ ਬੈਂਕਰ ਦਾ ਅਵਾਰਡ ਵੀ ਸ਼੍ਰੀ ਨਿਵਾਸਨ ਨੂੰ ਮਿਲਿਆ ਠੀਕ ਹੈ ਇਹ ਗੱਲ ਯਾਦ ਰੱਖਣੀ ਹੈ ਤੁਸੀਂ ਠੀਕ ਹੈ ਹਾਂਜੀ ਦੱਸੋ ਜਾਂ ਜੇ ਇਹ ਆਪਸ਼ਨ ਆਵੇਗਾ ਜੀ ਇਹ ਆਪਸ਼ਨ ਆਵੇਗਾ ਕੀ ਆਵੇਗਾ ਐ ਸਲੇਗ ਬਾਰਟੀ ਤਾਂ ਇਹਨਾਂ ਨੇ ਇਹਨਾਂ ਜਿੱਤਿਆ राजे ਤਾਂ ਆਸਟ੍ਰੇਲੀਅਨ ਔਮਨ ਨੇ ਠੀਕ ਹੈ ਜੀ ਫਸਟ ਆਸਟ੍ਰੇਲੀਅਨ ਔਮਨ ਕ੍ਰਿਕਟ ਵੀ ਖੇਡਦੇ ਨੇ ਗੌਰਵ ਜੀ ਕਹਿੰਦੇ ਨੇ ਕ੍ਰਿਕਟ ਵੀ ਖੇਡਦੇ ਨੇ ਬਹੁਤ ਵਧੀਆ ਗੱਲ राजे ਹਾਂਜੀ ਨੈਕਸਟ ਗਵਰਨਮੈਂਟ ਦੱਸੋ ਜੀ ਅ ਵਿਚ ਸਟੇਟ ਗਵਰਨਮੈਂਟ ਹੈਜ਼ ਡਿਸਾਈਡਡ ਟੂ ਡਿਵੈਲਪ 46 ਹੈਰੀਟੇਜ ਸਾਈਟਸ ਇਨ देयर ਸਿਟੀਜ਼ ਕਿਹੜੀ ਸਟੇਟ ਗਵਰਨਮੈਂਟ ਕਿਹੜੀ ਸਟੇਟ ਨੇ ਕਿਹਾ ਵੀ ਅਸੀਂ ਆਪਣੇ ਆਪਣੇ ਰਾਜ ਦੇ ਸ਼ਹਿਰਾਂ ਦੇ ਵਿੱਚ 46 ਹੈਰੀਟੇਜ ਬਣਾਵਾਂਗੇ 46 ਅਸੀਂ ਹੈਰੀਟੇਜ ਬਣਾਵਾਂਗੇ ਕੋਈ ਦੱਸ ਸਕਦਾ ਹੈ ਬੱਚਾ 46 ਹੈਰੀਟੇਜ ਬਣਾਵਾਂਗੇ 46 ਹੈਰੀਟੇਜ ਬਣਾਵਾਂਗੇ ਰਾਜ ਕੋਈ ਦੱਸ ਸਕਦਾ ਹੈ ਬੱਚਾ ਕਿਹੜੀ ਸਟੇਟ ਨੇ ਕਹਿਤਾ ਕਿਹੜੀ ਕਿਸ ਸਟੇਟ ਨੇ ਕਹਿਤਾ ਵੀ ਅਸੀਂ 46 ਹੈਰੀਟੇਜ ਸਾਈਟਸ ਬਣਾਵਾਂਗੇ ਆਪਦੇ ਰਾਜ ਦੇ ਵਿੱਚ ਕਿਹੜੀ ਹੈ ਜੀ ਮਹਾਨ ਸਟੇਟ ਪੈਦਾ ਹੋਈ ਹੈ ਕਰਨਾਟਕਾ ਵਾਜੀਵਾ ਕਰਨਾਟਕਾ ਬਿਲਕੁਲ ਸਹੀ ਹੈ ਜੀ ਕਰਨਾਟਕਾ ਬਹੁਤ ਕੰਮ ਕਰਦਾ ਹੈ ਕਰਨਾਟਕਾ ਨੇ ਹੁਣ ਨਾ 233 ਕਰੋੜ ਰੁਪਿਆ ਨਾ ਟੂਰਿਜ਼ਮ ਤੇ ਲਗਾਇਆ ਹੈ ਟੂਰਿਜ਼ਮ ਨੂੰ ਪ੍ਰਮੋਟ ਕਰਨ ਵਾਸਤੇ ਕਰਨਾਟਕਾ ਨੇ 233 ਕਰੋੜ ਰੁਪਿਆ ਖਰਚ ਕਰਨ ਜਾ ਰਹੀ ਹੈ ਸਿਆਪ ਸਾਬ ਲਾ ਲਓ ਟੂਰਿਜ਼ਮ ਤੇ ਠੀਕ ਹੈ ਇਹ ਤਾਂ ਕੋਈ ਵੀ ਚੀਜ਼ ਬਣਾ ਦੇਣ ਉੱਥੇ ਅ ਗੰਦ ਚੱਕਣ ਵਾਲਾ ਵੀ ਨਹੀਂ ਹੁੰਦਾ ਇਹਨਾਂ ਦੇ 233 ਕਰੋੜ ਰੁਪਏ ਲਗਾਤਾ ਇੱਕ ਆਪਣੇ ਸਟੇਟ ਦੇ ਵਿੱਚ ਟੂਰਿਜ਼ਮ ਵਧਾਉਣ ਵਾਸਤੇ ਕਿਉਂਕਿ ਟੂਰਿਜ਼ਮ ਦੇ ਵਿੱਚ ਬਹੁਤ ਕਮਾਈ ਹੈ ਨਾ ਟੂਰਿਜ਼ਮ ਦੇ ਵਿੱਚ ਬਹੁਤ ਕਹਿ ਦੋ ਵੀ ਅ ਕਮਾਈ ਹੋ ਜਾਂਦੀ ਹੈ ਸਟੇਟਸ ਨੂੰ ਤਾਂ ਸਟੇਟਸ ਦਾ ਨਾਮ ਵੀ ਅੱਗੇ ਜਾਂਦਾ ਸੀ ਉਹ ਸਟੇਟ 'ਚ ਕੰਮ ਕਿ ਆਏ ਉਸ ਸਟੇਟ 'ਚ ਕੰਮ ਕਿ ਆਇਆ ਸਟੇਟ ਦੀ ਵੈਲਿਊ ਵੀ ਵੱਧ ਜਾਂਦੀ ਹੈ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਕੀ ਹੈ ਜੀ ਮੈਕਸ ਬੋਪਾ ਹੈਲਥ ਇੰਸ਼ੋਰੈਂਸ ਹੈਜ਼ ਐਂਟਰਡ ਇੰਟੂ ਏ ਬੈਨ ਸ਼ੋਰਸ ਪਾਰਟਨਰਸ਼ਿਪ ਵਿਦ ਵਿਚ ਬੈਂਕ ਚਲੋ ਜੀ ਕਿਸ ਬੈਂਕ ਨਾਲ ਇਹ ਇਹਨਾਂ ਨੇ ਸਮਝੌਤਾ ਕਰ ਲਿਆ ਮੈਕਸ ਬੱਪਾ ਹੈਲਥ ਇੰਸ਼ੋਰੈਂਸ ਨੇ ਮੈਕਸ ਬੱਪਾ ਮੈਕਸ ਬੱਪਾ ਹੈਲਥ ਇੰਸ਼ੋਰੈਂਸ ਨੇ ਕਿਸ ਨਾਲ ਸਮਝੌਤਾ ਕੀਤਾ ਰਜੇ ਕਿਸ ਬੈਂਕ ਨਾਲ ਸਮਝੌਤਾ ਕੀਤਾ ਇਸਨਾਂ ਸਮਝਾਉਦਾ ਕਿ ਤਰਾਜੇ ਦੱਸ ਸਕਦੇ ਹੋ ਬੱਚਾ ਐਕਸੈਸ ਬੈਂਕ ਨਾਲ ਕੀਤਾ ਬਿਲਕੁਲ ਸਹੀ ਜੀ ਐਕਸੈਸ ਬੈਂਕ ਨਾਲ ਸਮਝਾਉਦਾ ਕਰਤਾ ਕਹਿੰਦੇ ਅਸੀਂ ਮੈਕਸਪਾਲ ਹੈਲਥ ਇੰਸ਼ੋਰੈਂਸ ਦਾਂਗੇ ਤੁਹਾਡੇ 4500 ਪਲੱਸ ਬ੍ਰਾਂਚਾਂ ਸੇ ਬ੍ਰਾਂਚਾਂ ਨੇ ਜੋ 4500 ਪਲੱਸ ਬ੍ਰਾਂਚਾਂ ਨੇ ਐਕਸੈਸ ਬੈਂਕ ਦੀਆਂ ਨਾ ਉਸ ਵਿੱਚ ਅਸੀਂ ਪੂਰੀ ਤਰੀਕੇ ਨਾਲ ਉਹਨਾਂ ਨੂੰ ਕੀਏ ਜਿਹੜੀ EMPLOYEES ਹੋਣਗੇ ਤੇ CUSTOMERS ਹੋਣਗੇ ਉਹਨਾਂ ਨੂੰ ਅਸੀਂ ਕੀ ਦਵਾਂਗੇ ਇੰਸ਼ੋਰੈਂਸ ਦੇਵਾਂਗੇ ਐਕਸੈਸ ਬੈਂਕ ਨੇ ਕੀਤਾ ਰਾਜੇ ਠੀਕ ਹੈ ਜੀ ਐਕਸੈਸ ਬੈਂਕ ਦਾ CEO ਕੌਣ ਨੇ ਅਬੀ ਅਮਿਤਾਬ ਚੌਧਰੀ ਅਮਿਤਾਬ ਚੌਧਰੀ ਜੀ ਨੇ ਬਿਲਕੁਲ ਜੀ ਅਮਨ ਜੀ ਐਕਸੈਸ ਬੈਂਕ ਕੀ ਅਮਿਤਾਬ ਚੌਧਰੀ ਜੀ ਨੇ ਸੀਈਓ ਨੇ ਗੱਲ ਜਾਰ ਮੁੰਬਈ ਇਹਨਾਂ ਦਾ ਹੈੱਡ ਕੁਆਰਟਰ ਹੈ ਰਾਜੇ ਠੀਕ ਹੈ ਜੀ ਐਕਸੈਸ ਬੈਂਕ 1993 93 ਚ ਆਇਆ ਸੀ ਯਾਦ ਰੱਖਣਾ ਐਸ ਐਕਸੈਸ ਬੈਂਕ 1993 ਚ ਆਇਆ 93 ਚ ਆਇਆ ਸੀਗਾ ਮੁੰਬਈ ਇਸ ਦਾ ਹੈੱਡ ਕੁਆਰਟਰ ਹੈ ਅਮਿਤਾਬ ਕਾ ਅਬਿ ਅਮਿਤਾਬ ਤਾਬ ਕਿਹੜਾ ਚੌਧਰੀ ਅਮਿਤਾਬ ਚੌਧਰੀ ਇਸ ਦੇ ਹੈੱਡ ਅਮਿਤਾਬ ਚੌਧਰੀ ਇਸ ਦੇ ਹੈੱਡ ਨੇ ਚਲੋ नैक्सट क्वेश्चन दस आ जी नैक्सट क्वेश्चन की है पावर सलूट पावर सलूट एक नवा इनिशिएटिव लिया किएगा एक्सिस बैंक हैज साइन ए एम ओ यू विद विच आर्मड फोर्स कही उन्होंने सुरक्षा टुकड़ी आर्मड फोर्स टू ऑफर ए डिफेंस सर्विस सैलरी पैकेज डिफेंस सर्विस सैलरी पैकेज डिफेंस सर्विस सैलरी पैकेज दिता है अंडर पावर सलूट इनिशिएटिव ਅੰਡਰ ਪਾਵਰ ਸਲੂਟ ਇਨੀਸ਼ੀਏਟਿਵ ਠੀਕ ਹੈ ਜੀ ਕੀ ਕਹਿਣਗੇ ਵੀ ਇੱਕ ਇੱਕ ਬੈਨੀਫਿਟਸ ਦੇਣਗੇ ਜਿਹੜੇ ਆਰਮੀ ਆਫਸਰਸ ਨੇ ਉਹਨਾਂ ਨੂੰ ਇੱਕ ਉਹਨਾਂ ਨੂੰ ਡਿਫੈਂਸ ਸਰਵਿਸ ਸੈਲਰੀ ਪੈਕੇਜ ਦੇਣ ਵਾਸਤੇ ਦੇ ਕੇ ਵੀ ਅਕਾਊਂਟ ਅਕਾਊਂਟ ਵਗੈਰਾ ਖੁਲਣਗੇ ਸਾਰੇ ਆਰਮੀ ਦੇ ਹਨਾ ਦੱਸੋ ਜੀ ਐਕਸੈਸ ਬੈਂਕ ਨੇ ਨਵਾਂ ਇਨੀਸ਼ੀਏਟਿਵ ਲਿਆ ਦੱਸੋ ਰਾਜੇ ਇੰਡੀਅਨ ਆਰਮੀ ਨਾਲ ਬਿਲਕੁਲ ਸਹੀ ਜੀ ਇੰਡੀਅਨ ਆਰਮੀ ਦੇ ਨਾਲ ਲਿਆ ਗਲਜਾਲ ਰੱਖਣੇ ਨਹੀਂ ਇੰਡੀਅਨ ਆਰਮੀ ਦੇ ਨਾਲ ਲਿਆ ਬਿਲਕੁਲ ਸਹੀ ਜੀ इंडियन आर्मी के कमांडर इन चीफ कौन ने इंडियन आर्मी के कमांडर इन चीफ कमांडर इन चीफ कौन ने इंडियन आर्मी के कमांडर इन चीफ भी दस सदसा है ਇਹ ਤਾਂ ਆਰਮੀ ਦੇ ਚੀਫ ਹੋਗੇ ਨਾ ਆਰਮੀ ਦੇ ਕਮਾਂਡਰ ਇਨ ਚੀਫ ਆਰਮੀ ਦੇ ਕਮਾਂਡਰ ਇਨ ਚੀਫ ਕੌਣ ਹੁੰਦੇ ਨੇ ਕੁਐਸਚਨ ਤੁਹਾਡੇ ਕੋਲ ਆ ਜੇ ਆਰਮੀ ਦੇ ਕਮਾਂਡਰ ਕਮਾਂਡਰਡ ਐਂਡ ਚੀਫ ਕੌਣ ਹੁੰਦੇ ਨੇ ਤਾਂ ਆਨਸਰ ਆਵੇਗਾ ਪ੍ਰੈਜ਼ੀਡੈਂਟ ਆਫ ਇੰਡੀਆ ਰਾਮਨਾਥ ਕੋਵਿੰਦ ਜੀ ਠੀਕ ਹੈ ਜੀ ਉਹ ਹੁੰਦੇ ਨੇ ਆਰਮੀ ਚੀਫ ਹੁੰਦੇ ਨੇ ਇੱਥੇ ਕੁਐਸਚਨ ਇਹ ਕਮਾਂਡਰਡ ਇਨ ਚੀਫ ਕੁਐਸਚਨ ਦੀ ਲੈਂਗੁਏਜ ਫਰਕ ਹੈ ਕੁਐਸਚਨ ਦੇ ਵਰਡਸ ਫਰਕ ਹੈ ਕੁਐਸਚਨ ਦੀ ਲੈਂਥ ਵਿੱਚ ਫਰਕ ਹੈ ਠੀਕ ਹੈ ਜੀ ਚਲੋ ਤਾਂ ਆਰਮੀ ਦਾ ਜੋ ਮੋਟੋ ਕੀ ਹੈਗਾ ਸਰਵਸ ਬਿਫੋਰ ਸੈਲਫ ਸਰਵਸ ਬਿਫੋਰ ਸੈਲਫ ਇਹਨਾਂ ਦਾ ਕੀ ਹੈ ਇਹਨਾਂ ਦਾ ਇੱਕ ਨਵਾਂ ਉਹ ਹੈਗਾ ਇਹਨਾਂ ਦਾ ਕੀ ਹੈ ਇੱਕ ਟੈਗ ਲਾਈਨ ਇਹਨਾਂ ਦੀ ਚਲੋ ਨੈਕਸਟ ਕੁਐਸਚਨ ਦੱਸੋ ਜੀ ਨੈਕਸਟ ਕੁਐਸਚਨ ਕੀ ਹੈ ਜੋ ਜ਼ਿਲ੍ਹਾ ਜ਼ਿਲ੍ਹਾ ਅਵੰਤ ਗ੍ਰੈਂਡ ਜ਼ਿਲ੍ਹਾ ਅਵੰਤ ਗ੍ਰੈਂਡ ਜੋ ਨਜਿੱਤਿਆ ਹੈ 2021 ਦਾ ਸਕ੍ਰਿਪਟਸ ਨੈਸ਼ਨਲ ਸਪੈਲਿੰਗ ਬੀ ਨੈਕਸਟ ਨਿੰਸਪੀਕਸ ਨੈਸ਼ਨਲ ਸਪੈਲਿੰਗ ਬੀ ਫਰੋਮ ਵਿਚ ਕੰਟਰੀ दसते कोई बच्चा हाँ जी दस यूएसए बिल्कुल सही जी यूएसए द ਨੈਕਸਟ ਕੁਐਸਚਨ ਦੱਸੋ ਜੀ ਵਿਚ ਏਜੰਸੀ ਹੈਜ਼ ਸਾਈਨਡ ਅ ਕੰਟਰੈਕਟ ਵਿਦ ਅ ਮਿਨਿਸਟਰੀ ਆਫ ਡਿਫੈਂਸ ਫਾਰ ਮੈਨੂਫੈਕਚਰਿੰਗ ਐਂਡ ਸਪਲਾਈ ਆਫ ਆਕਾਸ਼ ਮਿਜ਼ਾਈਲਸ ਦੱਸੋ ਰਾਜੇ ਕਿਸ ਏਜੰਸੀ ਨੇ ਵਿਚ ਏਜੰਸੀ ਹੈ ਸਾਈਨਡ ਅ ਕੰਟਰੈਕਟ ਵਿਦ ਮਿਨਿਸਟਰੀ ਕਿਸ ਏਜੰਸੀ ਨੇ ਸਾਈਨ ਕੀਤਾ ਮਿਨਿਸਟਰੀ ਆਫ ਡਿਫੈਂਸ ਡਿਫੈਂਸ ਦੇ ਨਾਲ ਸਮਝੌਤਾ ਕੀਤਾ ਕਦ ਵਾਸਤੇ ਮੈਨੂਫੈਕਚਰਿੰਗ ਐਮ ਐਨ ਫੈਕਟਰੀਿੰਗ ਐਂਡ ਸਪਲਾਈ ਆਫ ਆਕਾਸ਼ ਮਿਜ਼ਾਈਲਸ ਆਕਾਸ਼ ਮਿਜ਼ਾਈਲਸ ਬਣਾਉਣ ਵਾਸਤੇ ਦੱਸੋ ਰਾਜੇ ਕਿਸ ਨੇ ਸਮਝੌਤਾ ਕੀਤਾ डी आज डी भारत डेनमस लिमिटेड बी डी एस बी डी एल सॉरी बी डी एल बीडीएल बीड कंपनी की भारत डेनमिस डेनमस लिमिटेड ठीक है जी नेक्स्ट क्वेश्चन किया जाए नेशनल फिश फार्मर डे नेशनल फिश फार्मर डे ਜੁਲਾਈ ਦੇ ਕਿਹੜੇ ਦਿਨ ਮਨਾਇਆ ਜਾਂਦਾ ਹੈ ਨੈਸ਼ਨਲ ਫਿਸ਼ ਫਾਰਮਰ ਡੇ ਜੁਲਾਈ ਦੇ ਕਿਹੜੇ ਦਿਨ ਮਨਾਇਆ ਜਾਂਦਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਨੈਸ਼ਨਲ ਫਿਸ਼ ਫਾਰਮਿੰਗ ਡੇ ਜੁਲਾਈ ਦੇ ਕਿਹੜੇ ਦਿਨ ਮਨਾਇਆ ਜਾਂਦਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਪੇਪਰ ਚ ਪਟਵਾਰੀ ਦੇ ਪੇਪਰ ਚ ਪੱਕਾ ਆਉਣ ਦੇ ਚਾਂਸ ਨੇ ਪਟਵਾਰੀ ਹੋ ਗਿਆ ਪੀਐਸਟੀਸੀਲ ਹੋ ਗਿਆ ਠੀਕ ਹੈ ਜੀ ਇੱਕ ਸਾਈਜ਼ ਹੋ ਗਿਆ ਸupervisor ਹੋ ਗਿਆ ਲਾਇਬ੍ਰੇਰੀਅਨ ਦਾ ਪੇਪਰ ਹੈਗਾ ਸੰਡੇ ਨੂੰ ਉਹਨਾਂ ਦਾ ਹੋ ਗਿਆ ਤਾਂ 10 ਜੁਲਾਈ ਨੂੰ ਬਣਾਇਆ ਜਾਂਦਾ ਬਿਲਕੁਲ ਸਹੀ ਜੀ 10 ਜੁਲਾਈ ਨੂੰ ਕੀ ਬਣਾਇਆ ਜਾਂਦਾ ਹੈ ਨੈਸ਼ਨਲ ਫਿਸ਼ ਫਾਰਮਰਸ ਡੇ ਨੈਸ਼ਨਲ ਫਿਸ਼ ਫਾਰਮਰਸ ਡੇ 10 ਜੁਲਾਈ ਨੂੰ ਬਣਾਇਆ ਜਾਂਦਾ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਆਪਣਾ 39th ਕੁਐਸਚਨ ਕੀ ਹੈਗਾ ਵਿਚ ਆਰਗੇਨਾਈਜੇਸ਼ਨ ਹੈਜ਼ ਪਾਰਟਨਰ ਵਿਦ ਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਐਕਸਟਰਨਲ ਅਫੇਅਰ ਨਾਲ ਕਿਹੜੀ ਆਰਗੇਨਾਈਜੇਸ਼ਨ ਨੇ ਪਾਰਟਨਰਸ਼ਿਪ ਕੀਤੀ ਟੂ ਅਗਨਾਈਜ਼ ਦ ਫਰਸਟ ਐਡੀਸ਼ਨ ਆਫ ਦੋ ਆਰਗੇਨਾਈਜ਼ਰ ਫਰਸਟ ਐਡੀਸ਼ਨ ਆਫ ਇੰਡੋ ਪੈਸਿਫਿਕ ਇੰਡੋ ਇੰਡੋ ਪੈਸਿਫਿਕ ਬਿਜ਼ਨਸ ਸਮਿਟ ਇੰਡੋ ਪੈਸਿਫਿਕ ਬਿਜ਼ਨਸ ਸਮਿਟ ਦੱਸੋ ਜੀ ਦੱਸ ਦੋ ਰਾਜੇ ਦੱਸ ਦੋ ਆਨਸਰ ਦੱਸ ਦੋ ਕਾਫੀ ਇੰਪੋਰਟੈਂਟ ਕੁਐਸਚਨ ਹੈ ਚੈਸ ਨੂੰ ਸ਼ੇਅਰ ਕਰ ਦਿਓ ਯਾਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਹੀ ਵੱਧ ਤੋਂ ਵੱਧ ਬੱਚਿਆਂ ਤੱਕ ਜਾਏਗਾ ਤਾਂ ਹੀ ਵੱਧ ਤੋਂ ਵੱਧ ਬੱਚੇ ਜੋਬ ਤੇ ਲੱਗਣਗੇ ਠੀਕ ਹੈ ਏ ਆਨਸਰ ਬਿਲਕੁਲ ਸੀ ਇਹ ਕਨਫਰੈਸ ਇੰਡੀਅਨ ਇਨ ਇਨ ਇੰਡਸਟਰੀ ਸ਼ੋ ਲਾਸਟ ਕੁਐਸਚਨ ਆਜ ਦਾ ਤਾਂ ਇਹ ਕੁਐਸਚਨ ਆਪਾਂ ਪਹਿਲਾਂ ਹੀ ਕਰ ਚੁੱਕੇ ਆ ਨਾ ਤਾਂ ਉਸ ਟੀਮ ਦੇ ਹੈੱਡ ਕੌਨਸ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ 21.6 21.6 ਮੀਟਰ ਜੋ ਇਹਨਾਂ ਨੇ ਉੱਚਾ ਬਣਾਇਆ ਸੀਗਾ ਨਾ ਜਰਮਨੀ ਡੈਨਮਾਰਕ ਚ ਬਣਾਇਆ ਸੀਗਾ ਜਰਮਨੀ ਵਾਲਾ ਕਿੰਨਾ ਸੀ ਜਰਮਨੀ ਦਾ 17 ਮੀਟਰ ਕੁਛ ਸੀਗਾ ਨਾ ਤਾਂ ਇਹਨਾਂ ਨੇ 21 ਮੀਟਰ ਦਾ ਇੱਕ ਸਕੈਂਦ ਦੂਜਾ ਆਪਣਾਇਆ ਸੀ ਆਪਣਾ ਟੌਲੈਸਟ ਕੀ ਸੀ ਸੈਂਡ ਕਲਾਸ ਬਣਾਇਆ ਸੀ ਉਸ ਉਹ ਜਿਹੜੀ ਟੀਮ ਨੇ ਬਣਾਇਆ ਸੀਗਾ ਤਾਂ ਉਹਨਾਂ ਦੇ ਹੈੱਡ ਕੌਨ ਉਸ ਟੀਮ ਦੇ ਹੈੱਡ ਕੌਨ ਨੇ ਉਸ ਟੀਮ ਦੇ ਹੈੱਡ ਪੁੱਛੇ ਨੇ ਇਹਨਾਂ ਨੇ ਉਸ ਟੀਮ ਦੇ ਹੈੱਡ ਕੌਨ ਰਾਜੇ उस टीम के हेड कौन ने वेलफ़्रिज़ सतीसगढ़ बिल्कुल सही है बी ऑप्शन ਅੱਜ ਦੇ ਆਪਣੇ 4 ਦਿਨਾਂ ਦੇ ਇੰਪੋਰਟੈਂਟ ਇੰਪੋਰਟੈਂਟ ਕਰੰਟ ਅਫੇਅਰਸ ਪੂਰੇ ਹੋ ਚੁੱਕੇ ਨੇ ਜੋ ਬੱਚੇ ਤਿਆਰੀ ਕਰ ਰਹੇ ਨੇ 4 ਦਿਨਾਂ ਦੇ ਕਰੰਟ ਅਫੇਅਰ ਰਟ ਲੈਣ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨਸ ਨੇ ਜੋ ਕੀ ਇਹ ਤੁਹਾਨੂੰ ਪੇਪਰ ਦੇ ਵਿੱਚ ਜ਼ਰੂਰ ਦਿਖਾਈ ਦੇਣਗੇ ਠੀਕ ਹੈ ਜੀ ਚਲੋ ਬਾਕੀ ਆਪਣੀ ਸ਼ਾਮ ਨੂੰ ਕਲਾਸਾਂ ਲੱਗਣਗੀਆਂ ਜਿਵੇਂ ਕਿ ਮਹਾ ਸੈਸ਼ਨ ਲੱਗਦਾ ਹੁੰਦਾ ਉਹ ਆਪਣਾ ਲੱਗੇਗਾ ਠੀਕ ਹੈ राजे ਤਾਂ ਤੁਸੀਂ ਈਵਨਿੰਗ ਦਾ ਸਲੋਟ ਹੋਵੇਗਾ ਉਹ 4 ਤੋਂ 7 ਦਾ ਹੀ ਰਹਿਣ ਵਾਲਾ ਹੈ ਤਾਂ 4 ਤੋਂ 7 ਦੇ ਸਲੋਟ 'ਚ ਆਪਾਂ ਕੀ ਕਰਾਂਗੇ ਆਪਾਂ ਕਰਾਂਗੇ ਆ ਤੁਹਾਡੀ ਮਹੋਤਸਰ ਦੀ ਕਲਾਸ ਤੁਹਾਡੀ ਆਪਣੀ ਆ ਇਹਨਾਂ ਦੀ ਕਲਾਸ ਮੇਰੀ ਕਲਾਸ ਮੋਹਿਤ ਸਰ ਦੀਆਂ ਦੋ ਕਲਾਸਾਂ ਹੋਣਗੀਆਂ ਠੀਕ ਹੈ ਤਾਂ ਮਿਲਦੇ ਆਂ ਫਿਰ ਸ਼ਾਮ ਨੂੰ ਠੀਕ ਹੈ ਜੇ ਤਾਂ ਕੁਐਸਚਨਸ ਤੁਸੀਂ ਨੋਟ ਕਰ ਲਓ ਤਾਂ ਕਾਫੀ ਇੰਪੋਰਟੈਂਟ ਕੁਐਸਚਨਸ ਠੀਕ ਹੈ ਜੀ ਚਲੋ ਥੈਂਕ ਯੂ ਰਾਜ ਥੈਂਕ ਯੂ ओके राजे ठीक है ठीक है चलो मिलते हैं अपन फिर शाम नु ठीक है अ टफ शेड्यूल ਦੇ ਵਿੱਚੋਂ ਤੁਹਾਡੇ ਲਈ ਇੰਪੋਰਟੈਂਟ ਕੁਐਸਚਨ ਸਿਲੈਕਟ ਕਰਨੇ ਬਣਾਉਣੇ ਬਹੁਤ ਵਧੀਆ ਗੱਲ ਦੇ ਟੀਮ ਵਰਕ ਦੇ ਨਾਲ ਹੀ ਸਭ ਕੁਝ ਹੁੰਦਾ ਠੀਕ ਹੈ ਸਲੂਟ ਇਸ ਦੀ ਬੀਸੀ ਦੀ ਟੀਮ ਨੂੰ ਜੋ ਇਨੀ ਮਿਹਨਤ ਤੁਹਾਡੇ ਲਈ ਮਿਹਨਤ ਕਰ ਰਹੀ राजे ਠੀਕ ਹੈ ਜੀ ਚਲੋ ਜਿਉਂਦੇ ਬਸਦੇ ਰਹੋ मिलते हैं अपन शाम नु ਆਪਣੀਆਂ ਨੈਕਸਟ ਕਲਾਸ ਵਿੱਚ ਠੀਕ ਹੈ राजे थैंक यू राजे थैंक यू ਬਾਏ